ਸੇਕਾਲ ਜੀ ਆਨੂ ਵੈਲਕਮ ਟੂ ਦ ਸ਼ੋਅ ਜਿਸ ਤਰ੍ਹਾਂ ਤੁਹਾਨੂੰ ਪਤਾ ਲੀਗਲ ਸੋਲੂਸ਼ਨਸ ਆ ਤੇ ਅੱਜ ਅਸੀਂ ਉਹ ਗੱਲਬਾਤ ਕਰਦੇ ਤੁਹਾਡੇ ਇਮੀਗ੍ਰੇਸ਼ਨ ਸਵਾਲਾਂ ਦੇ ਜਵਾਬ ਕਰਦੇ ਹਾਂ ਪ੍ਰੋਬਬਲੀ ਦ ਲਾਸਟ ਵਨ ਆਫ ਦ ਈਅਰ ਸੋ ਇਹ ਲਾਸਟ ਲੀਗਲ ਸੋਲੂਸ਼ਨਸ ਆਫ ਦ ਈਅਰ ਅਗਲੇ ਹਫਤੇ ਜੋ ਆਉਂਗੇ ਅਸੀਂ ਇਮੀਗ੍ਰੇਸ਼ਨ ਵਾਲੇ ਟੋਪਿਕ ਕਰਨੀ ਆ ਡਿਵੋਰਸਾਂ ਬਾਰੇ ਗੱਲ ਕਰੂੰਗੇ ਸੋ ਇਸ ਹਫਤਾ ਜਾਂ ਇਸ ਸਾਲ 'ਚ ਜੋ ਕਿ ਤੁਸੀਂ ਗੱਲ ਪੁੱਛ ਸਕਦੇ ਹਾਂ ਜੋ ਵੀ ਤੁਸੀਂ ਪੁੱਛਣਾ ਨੰਬਰ ਸਕਰੀਨ 'ਤੇ ਆ ਰਿਹਾ ਜਿਨ੍ਹਾਂ ਨੇ ਵੀ ਸਵਾਲ ਪੁੱਛਣੇ ਨੰਬਰ ਕਮਾ ਕੇ ਗੱਲਬਾਤ ਕਰ ਸਕਦੇ ਹਾਂ ਅੱਜ ਦੀਆਂ ਖਬਰਾਂ ਦੇਖੀਏ ਕਿ ਜੀ ਕਿਹੜੀ ਕਿਹੜੇ ਆ ਅੱਛਾ ਜੀ ਪਹਿਲਾਂ ਤਾਂ ਨੋਟਿੰਗਹਮ ਵਾਲਿਆਂ ਨੂੰ ਕੋਈ ਖਬਰ ਦੇਈਏ ਕਿਉਂ ਨੋਟਿੰਗਹਮ ਵਿੱਚ ਨੋਟੀ ਕੰਮ ਹੈਪਨਿੰਗ ਇਨ ਨੋਟਿੰਗਹਮ ਸੋ ਉਹਦੇ ਵਿੱਚ ਵੀ ਹੈ ਉਹਦੇ ਬਾਰੇ ਵੀ ਸਟੋਰੀ ਆ ਤੁਹਾਨੂੰ ਸੁਣਾਊਂਗਾ ਬੰਦਾ ਹੀ ਅੱਜ ਹੀ ਸੁਣਾ ਦਿੰਦੀ ਹਾਂ ਕੋਈ ਗੱਲ ਨਹੀਂ ਸਰ ਕੋਈ ਸ਼ੁਕਰ ਮਿਲਣੇ ਵਾਲੀ ਆ ਮੇਰੇ ਨਾਲ ਜੋ ਹੋਈ ਨੋਟਿੰਗਹਮ ਨੋਟਿੰਗਹਮ ਨਾਲ ਅੱਛਾ ਫੋਰ ਫੋਰਨ ਨੈਸ਼ਨਲਸ ਜੋ ਕਿ ਨੋਟਿੰਗਹਮ ਰਹਿ ਰਹੇ ਆ ਉਹਨਾਂ ਨੂੰ ਦੋ ਨੰਬਰ ਦੇ ਵਿਆਹ ਕਰਾ ਰਹੇ ਸੀਗੇ ਉਹਨਾਂ ਨੂੰ ਗਿਲਟੀ ਕੀਤਾ ਗਿਆ ਆ ਅਤੇ 18 ਮਹੀਨਿਆਂ ਦੀ ਜੇਲ੍ਹ ਹੋਈ ਗਈ ਇੱਕ ਨੇ ਜੀ ਇੱਕ ਅਫਰੀਕਨ ਭਾਈ ਲੱਗਦਾ ਐਂਥਨੀ ਉੱਤੇ ਉਹਦਾ ਨਾਂ ਸੀ ਉੱਤੇ ਅਤੇ ਉੱਤੇ ਨੇ ਜੀ ਪੋਰਚੁਗੀਜ਼ ਵੂਮਨ ਨਾਲ ਵਿਆਹ ਕੀਤਾ ਰੈਡਫੋਰਡ ਦੇ ਵਿੱਚ ਨੋਟਿੰਗਹਮ 'ਚ ਅਤੇ ਉਹ ਦੋ ਨੰਬਰ ਦਾ ਵਿਆਹ ਨਿਕਲਿਆ ਉਹਦੇ ਘਰ ਜਾ ਕੇ ਇੱਥੇ ਉਹਨੂੰ ਫੜਿਆ ਗਿਆ ਇੱਕ ਸੋ ਉੱਤੇ ਹੁਣ ਤੁਹਾਨੂੰ ਜੇਲ੍ਹ 'ਚ ਮਿਲੂਗਾ ਅਸਲੀ ਕੁੱਤੇ ਉਹਦੇ ਵਿੱਚ ਉੱਤੇ ਦਾ ਤਾਂ ਕੰਮ ਕਰ ਦਿੱਤਾ ਉੱਤੇ ਥੱਲੇ ਉਹਦਾ ਹੋਊਗਾ ਜੇਲ੍ਹ 'ਚ ਜਿੱਦਾਂ ਹੁੰਦਾ ਹੀ ਆ ਇੱਕ ਚੈੱਕ ਨੈਸ਼ਨਲ ਕੈਰਲ ਪੋਪੀਸਿਲ ਕੈਰਲ ਪੋਸਪੀਸਿਲ ਜੋ ਕਿ ਉਹਨੂੰ 18 ਮਹੀਨੇ ਦੀ ਜੇਲ੍ਹ ਹੋਈ ਆ ਨਜੀਰੀਅਨਸ ਜ਼ਿਆਦਾ ਸੀਗੇ ਨਜੀਰੀਅਨ ਕਰ ਰਹੇ ਸੀਗੇ ਓਹੋ ਇੱਕ ਬੰਗਲਾਦੇਸ਼ੀ ਵੀ ਫੜਿਆ ਗਿਆ ਨਜੀਰੀਅਨ ਵਿੱਚ ਰਲ ਮਿਲ ਕੇ ਯੂਰਪ ਵਾਲਿਆਂ ਨਾਲ ਵਿਆਹ ਕਰਦੇ ਸੀ ਨੋਟਿੰਗਹਮ 'ਚ ਇੱਕ ਬੰਗਲਾਦੇਸ਼ੀ ਵੀ ਜ਼ਿਆਦਾ ਯੂਰਪ ਵਾਲਿਆਂ ਨਾਲ ਫੜੇ ਗਏ ਜੇ ਵਿਆਹ ਕਰਦੇ ਦੋ ਨੰਬਰ ਦੇ ਸੋ 4 ਬੰਦਿਆਂ ਨੂੰ ਇਹਦੇ ਵਿੱਚ ਹੋ ਗਈ ਜੇਲ੍ਹ ਕਰਾਓ ਜੀ ਵਿਆਹ ਦੋ ਨੰਬਰ ਦੇ ਦੋ ਹੋਰ ਵਿਅਕਤੀ ਅਰੈਸਟ ਕੀਤੇ ਗਏ ਆ ਓਪਰੇਸ਼ਨ ਐਂਬਾ ਇੱਕ ਹੈਗਾ ਇਹਨਾਂ ਦਾ ਓਪਰੇਸ਼ਨ ਇਮੀਗ੍ਰੇਸ਼ਨ ਵਾਲੇ ਦਾ ਦੋਨੋਂ ਹੰਗੇਰੀਅਨ ਮੈਨ ਸੀਗੇ ਅਤੇ ਉਹ ਇੱਥੇ ਆ ਕੇ ਜੀ ਕੁੜੀਆਂ ਨੂੰ ਲਿਆਉਂਦੇ ਸੀਗੇ ਦੂਜਾ ਕੰਮ ਕਰਨ ਲਈ ਸੋ ਉਹ ਜੀ ਹੁਣ ਇਹ ਫੜੇ ਗਏ ਕਿਉਂਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਹੋਈ ਸੋ ਨਾ ਪ੍ਰੋਬਬਲੀ ਜੇਲ੍ਹ ਵਿੱਚ ਇਹਨਾਂ ਨਾਲ ਦੂਜਾ ਕੰਮ ਹੋਊਗਾ ਤੀਜਾ ਹੀ ਹੋਊਗਾ ਦੂਜਾ ਤਾਂ ਬਾਅਦ 'ਚ ਹੀ ਹੁੰਦਾ ਹੋਰ ਹੀ ਹੁੰਦਾ ਉੱਥੇ ਰਾਈਟ ਈਟਨ ਜੋ ਕਿ ਸਲੋ ਕੋਲ ਆ ਉਹਦੇ ਵਿੱਚ ਵੀ ਰੇਡ ਪਈ INS ਜਨਰਲ ਸਟੋਰ 'ਤੇ ਹਾਈ ਸਟਰੀਟ ਈਟਨ ਦੇ ਦੋ ਇੰਡੀਅਨ ਵਿਅਕਤੀ ਸਾਡੇ ਫੜੇ ਗਏ ਇੱਕ 31 ਸਾਲ ਦਾ ਇਲੀਗਲ ਇੱਕ 25 ਸਾਲ ਸਟੂਡੈਂਟ ਸੀਗਾ ਦੋਨਾਂ ਨੂੰ ਡਿਟੇਨ ਕੀਤਾ ਗਿਆ ਅਤੇ ਉਹਦੇ ਵਿੱਚ ਹੀ ਚਲੋ ਜੀ ਮੇਰਾ ਭਾਰਤ ਮਹਾਨ ਹੋ ਗਿਆ ਇਹ ਦੋ ਹੀ ਫੜੇ ਗਏ ਮਿਲਟਨ ਕੀਨਸ ਦੇ ਵਿੱਚ ਟੇਕ ਅਵੇ ਆ ਟੇਸਟੀ ਫਰਾਈਡ ਚਿਕਨ ਇਨ ਬਲਿਚਲੀ ਉਹਦੇ ਵਿੱਚ ਜੀ 2 ਮੈਨ ਅਰੈਸਟ ਕੀਤੇ ਗਏ 31 ਸਾਲ ਦਾ ਪਾਕਿਸਤਾਨੀ ਨੈਸ਼ਨਲ ਜੋ ਕਿ ਕਾਲਜ ਨਹੀਂ ਜਾ ਰਿਹਾ ਸੀ ਉਹਦਾ ਵੀਜ਼ਾ ਕੈਂਸਲ ਹੋ ਚੁੱਕਾ ਸੀਗਾ ਉਹ ਫੜਿਆ ਗਿਆ ਇੱਕ 24 ਸਾਲ ਦਾ ਬੰਗਲਾਦੇਸ਼ੀ ਜੋ ਕਿ ਓਵਰ ਸਟੇ ਸੀਗਾ ਇਹ ਦੋਨੋਂ ਫੜੇ ਗਏ ਮਿਲਟਨ ਕੀਨਸ ਦੇ ਵਿੱਚ ਮਾਈਡਸਟਨ ਜੋ ਕਿ ਕੈਂਟ ਵਿੱਚ ਆ ਮਾਰਕੀਟ ਲਾਉਂਦੇ ਹੁੰਦੇ ਸੀ ਮਾਈਡਸਟਨ ਦੇ ਵਿੱਚ 2 ਇਮੀਗ੍ਰੇਸ਼ਨ ਅਫੈਂਡਰਸ ਉਹਨਾਂ ਨੂੰ ਰਿਮੂਵ ਕੀਤਾ ਗਿਆ ਗੋਰਖਾ ਰੈਸਟੋਰੈਂਟ ਵੀਕ ਸਟਰੀਟ ਦੋਨੋਂ ਨੇਪਾਲੀ ਸੀਗੇ ਐਂਡ ਦੇ ਬੋਥ ਬੀਨ ਰਿਮੂਵਡ ਐਂਡ ਪ੍ਰੀਟੀ ਕੁਇਕ ਸੋ ਉਹਨਾਂ ਨੂੰ ਫੜਿਆ ਗਿਆ ਉਹਨਾਂ ਨੂੰ ਬਹੁਤ ਜਲਦੀ ਰਿਮੂਵ ਕੀਤਾ ਗਿਆ ਆਈ ਥਿੰਕ ਅੱਜ ਦੀ ਅੱਛਾ ਨਹੀਂ ਆ ਵੀ ਸੀ ਬੈਲਫਾਸਟ ਦੇ ਵਿੱਚ ਵੀ ਜੀ ਇੱਕ ਸੀਗਾ ਆਸਿਫ ਨਸੈਰ ਟੈਕਸੀ ਡਰਾਈਵਰ ਜੋ ਕਿ ਮੈਰਿਜ ਅਰੇਂਜ ਕਰ ਰਿਹਾ ਸੀਗਾ ਦੋ ਨੰਬਰ ਦੇ ਉਹਨੂੰ ਵੀ ਵਿਚਾਰੇ ਨੂੰ ਉਹਨਾਂ ਨੇ ਸੈਂਟੈਂਸ ਕੀਤਾ ਗਿਆ ਉਹ 2 ਸਾਲ ਲਈ ਉਹਨੂੰ ਸਸਪੈਂਡਡ ਸੈਂਟੈਂਸ ਦਿੱਤਾ ਗਿਆ ਉਹਦੇ ਵਿੱਚ ਥਰੀਜ਼ਾ ਮਈ ਨੇ ਜੋ ਸਪੀਚ ਦਿੱਤੀ ਹੋਮ ਆਫਿਸ ਦੀ ਸੈਕਟਰੀ ਨੇ ਉਹਦੇ ਵਿੱਚ ਇਹਨਾਂ ਨੇ ਕਾਫੀ ਸਪੀਚ ਦਿੱਤੀ ਆ ਕਿ ਜੀ ਅਸੀਂ ਜੋ ਇੰਟਰਵਿਊ ਕਰਨੇ ਆ ਸਟੂਡੈਂਟਾਂ ਦੇ ਬਹੁਤ ਜ਼ਿਆਦਾ ਇੰਟਰਵਿਊ ਹੋਇਆ ਕਰਨੇ ਆ ਇਨ ਹੇਅਰ ਐਂਡ ਇਨ ਅਬਰੋਡ ਤਾਂ ਕਿ ਦੋ ਨੰਬਰ ਦੇ ਜਿਹੜੇ ਸਟੂਡੈਂਟ ਆ ਉਹ ਨਾ ਇੱਥੇ ਆ ਸਕਣ ਨਾ ਰਹਿ ਸਕਣ ਉਹਦੇ ਵਿੱਚ ਇਹ ਜ਼ਿਆਦਾ ਇਹੀ ਕਰ ਰਿਹਾ ਕਿਉਂਕਿ ਇੱਥੇ ਜ਼ਿਆਦਾ ਓਵਰਸਟੇ ਹੋ ਰਹੇ ਸਟੂਡੈਂਟਸ ਸੋ ਉਹਦੇ ਵਿੱਚ ਇਹਨਾਂ ਨੇ ਪੋਲਿਸੀ ਕੀਤੀ ਸੀ ਪਹਿਲਾਂ ਪਾਕਿਸਤਾਨ ਤੋਂ ਸ਼ੁਰੂ ਕੀਤਾ ਸੀਗਾ ਕਿ ਸਟੂਡੈਂਟ ਇੰਟਰਵਿਊ ਕਰਨੇ ਹੁਣ ਤਕਰੀਬਨ ਸਾਰੇ ਕਿਤੇ ਇਹਨਾਂ ਨੇ ਐਕਸਟੈਂਡ ਕਰ ਦਿੱਤੇ ਐਂਡ ਨਾਓ ਵਾਟ ਦੇ ਆਰ ਡੂਇੰਗ ਇਜ਼ ਦੇ ਇੰਟਰਵਿਊਇੰਗ ਸਟੂਡੈਂਟਸ ਬਿਫੋਰ ਦੇ ਅਲਾਊਡ ਹੇਅਰ ਟੂ ਚੈੱਕ ਦ ਲੈਵਲ ਆਫ ਇੰਗਲਿਸ਼ ਟੂ ਚੈੱਕ ਵੈਦਰ ਦੇ ਜੈਨੂਇਨ ਔਰ ਨਾਟ ਇੱਕ ਮੈਂ ਹੋਰ ਤੁਹਾਨੂੰ ਵਾਰਨਿੰਗ ਦੇ ਦੇਵਾਂ ਤੁਸੀਂ ਜੇ ਤੁਸੀਂ ਈਮੇਲ 'ਤੇ ਬਹੁਤ ਟਾਈਮ ਸਪੈਂਡ ਕਰਦੇ ਹਾਂ ਨਾ ਇੰਟਰਨੈਟ 'ਤੇ ਪਹਿਲੇ ਤਾਂ ਮੇਰੀ ਸਲਾਹ ਹੈ ਤੁਸੀਂ ਘੱਟ ਟਾਈਮ ਸਪੈਂਡ ਕਰਿਆ ਕਰੋ ਅਤੇ ਦੂਜੀ ਗੱਲ ਇਹ ਆ ਕਿ ਜੇ ਤੁਹਾਨੂੰ ਕੋਈ ਈਮੇਲ ਆਉਂਦੇ ਆ ਜੀ ਕਿ ਤੁਸੀਂ ਲੋਟਰੀ ਜਿੱਤੀ ਆ
थोड़े नंबर निकल आए थानू वर्क परमिट दवा देंगे सानू पैसे बैंक डिटेल भेजो ये सब गलत है सब फ्रॉड हो रहा थोड़े नाल। मैं सियाने बंदियां नू भी बहुत वार्निंग दिंदा आ प्यार नाल समझाउणा चाहुंदा कि थानू कई लोग फोन करूंगे बैंक वाले बन के कि जी असी बैंक वाले हाँ तो जी सानू अपना पिन कोड दो सानू अपना अकाउंट डिटेल दो सारे पर एक्चुअली बैंक वाले नहीं होंगे क्यों बैंक वाले थानू फोन करके ये चीज़ा नहीं कदे पुछूंगे ये फ्रॉड हो रहा ये थोड़ा धोखा होया जे थानू कदे फोन आवे इदा का तो तुसी बिल्कुल अपने कोई बैंक के डिटेल नहीं देने ना इंटरनेट राही तुसी को कदे अपने बैंक के डिटेल देने किसी ना अपने पिन नंबर देने ना डेट ऑफ बर्थ देनिया ना अपने पासवर्ड्स देने क्योंकि बैंक वाले कदे थानू नहीं करूंगे ईमेल इदा दी आनियाँ कि उस असली वैबसाइटा असली बैंक वाले भी वधिया लगदियाँ बंदा धोखे च रह जांदा जी कि मेरे नाल आ हुंदा बट उस बिल्कुल तुसी नहीं करना खास तौर पर जिहड़े नवे सज्जन आए हैं इत्थे उन्हां नूं इत्थे हले नहीं पता जो तौर तरीके नाल बिल्कुल ये अपने जो पिन नंबर वगैरह फोन पर किसी डिस्कलोज नहीं करने ना ईमेल के डिस्कलोज करने। चलो जी मेरा ख्याल कॉलर आ गया चलो देख रहे कौन है लाइन से। हैलो सत श्री अकाल जी बिल्कुल ठीक ठाक जी ना ना जे इंडेफिनिट लग गया फिर कोई प्रॉब्लम नहीं इंडेफिनिट लग गया सो बेसिकली जेरा रेजिडेंट परमिट कार्ड बायोमेट्रिक कार्ड भेजा या कार्ड भेजा होना थानू या दैट्स फाइन दैट्स जस्ट द वैलिडिटी ऑफ द कार्ड That's not the validity of the visa. Not of the visa. They're saying that the card is valid for 10 years. Right, okay. I mean, did the card mock it? Do we need to get another card? Yeah, you need to get a new card when the card expires. But it doesn't mean your visa's finished. Right, but in a year, but ek saal se vaise bhi a British citizenship apply kar sakde anyway afterwards. Okay, so I'd still say ek saal baad passport le sakde na? Yeah, bilkul. Citizenship le apply kar dena, nationality le. Then no nationality mil jana, then you don't need a card or anything, or Indian passport again. हाँ जी कई बार इनडेफिनिट स्टैंप से भी थोड़ा टाइम लिमिट आती है यदा मतलब यही होंगे कि थोड़ी वो इनडेफिनिट स्टैंप इनडेफिनिट नहीं जो इनडेफिनिट लिखा फिर इनडेफिनिट ही होंगी है सिर्फ होंगे कि ज अचक कार्ड देने लग पे स्टैंपा की इंस्टेड स्टैंप्स वो कार्ड की वैलिडिटी होंगी कि कार्ड 22 तक वैलिड हैगा आ कि 22 तो बाद नवा कार्ड लिए अपलाई करना पेगा विद द इनडेफिनिट स्टैंप ऑन इट दैट्स इफ यू वांट टू कीप इट उदा तो थोड़ी साल च ब्रिटिश पासपोर्ट नूं एलिजिबल हैगे तो तुसी ब्रिटिश पासपोर्ट ही ले लो तो विच ही कार्ड मोड़ दो यूके बी वाले नूं तो विच ही तुसी अपना इंडियन पासपोर्ट मोड़ दो इंडियन गवर्नमेंट नूं तो लाल जिहा लैके घूमो तो वैसे भी लाल रंग ज़्यादा सजदा तो उहदे विच लाल तुसी लो जी इहदे विच हुण ते ना करो सारी उम्र इंडिया वाला पासपोर्ट नूं कोस कोस के तो कि कलू मैं जम पिया इंडियन पासपोर्ट के नाल कलू ये कल ही मेरी मेरे पिया ये हड छड़ाओ फिर जो थानू मिल जाती इनडेफिनिट नहीं ये नहीं हम छड़ना ये पता नहीं तेज या किदा जाग जाता थोड़े तो इनू तुम मगर दे दौ जे लाल वाला है तो तुम इंडियन वाला रख नहीं सकते जे कि इंडियन गौरमेंट ने फड़ लिया थानू फाइन होने आ सज़ा भी हो सकती है एवं तुम इंडिया फसे रहोगे तो उस कोई फायदा नहीं जे थोड़े को लाल हैगा तो इंडियन पासपोर्ट दे आओ उ एम्बेसी जाके मेरा ख्याल हम तफीस भी बहुत घट लेंगे 12-15 pounds इदा कुछ लेंगे तो वो जाके तुम दे आओ तो उन्होंने सर्टिफिकेट ले आओ तो जी कहो जी थैंक यू वेरी मच इंडिया पासपोर्ट तुम बहुत मेरी सेवा की थोड़े करके असी मुल्क छड़िया बाहर आके इतने स्टेटस लई पर हुण थोड़ी जरूरत नहीं तुसी अपने देश नूं लौटो जी अही तो जाना नहीं अही तो इत्थे पैर जमा ले सो इहदे विच आया जी एक बार थानू लाल पासपोर्ट मिल जाता थानू इंडियन वाला सरेंडर करना पैंदा तुसी दो नहीं रख सकते इहदे विच ब्रिटिश ते इंडियन नैशनैलिटी नहीं रख सकते उहदे विच इंडियन गौरमेंट नूं ऑब्जैक्शन आ एंड इट्स अ क्राइम अकॉर्डिंग टू इंडियन लॉ सो उहदे विच जे तुसी अपना चाहते कई लोग हम इदा डरते हैं ना कि नहीं साड़िया जमीन आ फिर साढ़े पैसे आ उ फिर जो इंडियन पासपोर्ट नहीं रहा फिर असी कि देखो जी वो कोई प्रॉब्लम नहीं तुसी जे ब्रिटिश पासपोर्ट हैगा तुसी OCI लै लो या PIO लै लो वो थोड़ा उ हक दिए जाते जो कि इंडियन सिटीजन दिए जाते सो वो कोई घबराने वाली गल नहीं एंड यू कैन डू एग्जैक्टली द सेम थिंग एनीथिंग यू कांट डू इज यू कांट बाय एग्रीकल्चरल लैंड और यू कांट गो माउंटेनियरिंग इन द हिमालयस और सम देयर सम क्लॉज लाइक दैट ऑन देयर एंड यू कांट स्टैंड फॉर इलेक्शन देयर सो ये चीज़ा नहीं कर सकते बाकी थोड़ा सारे हक दिए जाओगे सो वो तुम बेस्ट यही है जो तुम फैसिलिटी चाहते हैं दैन गैट अ OCI और अ PIO इट्स मच बैटर सो ये थोड़े लिए फायदे वाली गल है तो थोड़ा उ हक दिए जाते हैं जे सियाने उन्होंने तो ले ही लिया
But the ones who are thinking about, listen, and for all the youngsters as well, so great thing to have. If you keep on having to get visas every time you go India, or you want to get rid of that going to the embassy time and time again, or you just think, well, hold on, I might want to build a house out there, or might want to buy some commercial land out there, go and apply for one of these PIO or OCI cards. Really is worth it. And it's a one-off fee. Get it done. You know, there's no condition then on use lot. I would have said to everyone who's got a British passport and who's had an Indian one, or whose parents are Indian, husband, wives are Indian, then you should go and get a PIO, OCI. Both fairly early, early. There's no disadvantage to it. Absolutely no. It's a koi bhi bura effect nahi. Koi bhi mainu banda nahi keh sakta haan ji ki mera koi bhi bura effect hai. So edhe vich koi edda ni problem hai nahi. It's fayda hi fayda hai thode layi. You should go and facility the two Indian government, then you should take advantage of it. If you can't hove, na hove, we'll have to go back to go and getting the visas again and in the queues, and you know how all this time. Pata hai ki na chahe jire othe jaye Indian embassy, unna nu pata hai ki visa lunch kinni okay hundi hai kinni nahi. The it's something to do. Mera kya caller aa gaya, so we go to the coolers and the kick on airline thing. Hello, hello. हेलो हेलो भाजी हेलो जी हां जी भाई अपनी टीवी दी आवाज कट करो मेरा भी ए हां जी भाजी है ना आप अपने है ना थोड़ी है ना जिद्दा टीवी दी आवाज है ना जिद्दा है ना बहुत जिद्दा खराब होंदी जिद्दा पट्टी विच नहीं आवाज होंदी अच्छा हां जी इदा होंदी मैं थानु इस करके फोन किया ओके थैंक यू मेरा वीर हुन ही कहना इनानु ओके करदे हां सेट हां जी टेक्निकल स्टाफ हां जी कहंदे आवाज बहुत फटी आंदी है होल्ड ऑन हां नहीं फिर इज दैट बैड पहुनी जे आंदी है तो मैसेज आ जाए हुन आ देख लेने नहीं किसी का मैसेज नहीं आया हो सकता कई टीविया भी नुकस हों पर फिलहाल आई हैव गॉट अ मैसेज बट इफ देयर इज फिर तुम यह करो सही आवाज़ में मैं तो यही कहूँगा राइट एक मैं होर थैंक यू मेरी वीर थोड़े कोल का तुम दसिया एक होर मैं बहुत लोग सवाल पूछते खास तौर पर स्टूडेंट कि भाजी कनेडा का वीज़ा मैं लग सकता इतने मैं सैर पर जाना जी मैं इतने पहले तो जी थोड़े विचारों का बहुत बहुत धन्यवाद कि तुम नेक विचार करते हैं कि इतने आके कनेडा जाना चाहते हैं बट और यह आ कि मैं खुद कनेडा की एम्बसी जाके आया क्योंकि मेरे रिश्तेदार ने कनेडा का वीज़ा लाने से इतने पक्का आया वो नाल मैं गया सकता मैं क्या देखिए तमाशे की होंगे पहले तो जी सारे स्टूडेंट आए से उत्थे कोई दसदा नहीं एक दूजे को अद्धे तो उत्थे मिल पे फिर बच्चे मैं देख के थोड़े शरमाई जान के मैं क्या किदा लवाए मोर तुम जाके देख लें किन्ने किन्ने लगते मेरा ख्याल 150 स्टूडेंट होना उस दिन कनेडा की एम्बसी सारे रिफ्यूज़ होए वन परसन गॉट अ वीज़ा तो जिहड़े ये सोचते हैं कि इतों असी कनेडा निकल जाऊंगे वो ना कराओ मेरे वीर उस अपील भी नहीं मिलती अपने मोहर ना लवाओ पासपोर्ट से इन्नी छेती नहीं कनेडा वाले थोड़ा वीज़ा देने लगे वो कहते एक मुल्क चो तो तुम मुड़े नहीं दूजे तुम इतने पढ़े नहीं तो थानू अपने मुल्क असी जरूर एंट्री देवे सो तकरीबन ना ही होनी आ अद्धे तो लवाए जिन्होंने चा लाने वो जाके लवाओ सो कनेडा वाले बहुत थोड़ी बेसब्री ना इंतजार करते वो तो चाहते हैं कि होर पंजाबी अप्लाई कर होर आन ताकि उन्होंने फीस बहुत बढ़ती है उन्होंने तो पे बन गई उन्होंने 6 महीनों की कट्ठी आना एडवांस तो हले भी मैं थोड़ा दसदा कि ना अपलाई करो थोड़ा लगना नहीं पर तुम हटते नहीं जाओ जी तुम थोड़े नाल होनी होनी है तो वो जी मेरे फ्रेंड लग गया सी, वो पक्का सगा वो वाइफ नहीं हजे पक्की सी स्पाउस वीजे पर सी पर उन्होंने रिश्तेदारी से उसे उन्होंने विह जाना तो वो आ गए उन्होंने पक्के बंदे तो कनेडा का वीज़ा लगना ही है बट स्टूडेंट जिन्हें से सारे जी बाहर आके फिर एक दूजे ने अफसोस करी जान लैटर देखी जान कि ये की लिखा जी आ की हो गया पेपर तो मेरे बड़े स्ट्रोंग सी भी मासी ने घले मैनू तो पेपर तो पहला तो फड़ा बहुत मारन जी कि साढ़े तो पेपर लै तो लगा ही पाया जी वीज़ा मैं चलिया कनेडा तो टिकट भी पहला रिजर्व कर गई वो भी रिफंड नहीं मिलना हूँ सो ना करो इदा मेरी वीरो पहला एक मुल्क सामभ लो बाकी फिर दूजे मुल्क की ट्राइया करो ये थोड़ा ही फायदा आ एवं पासपोर्ट से तुम मोहर लवा के बह गए सो ए कोई फायदे वाली गल तो मैं तो दसी नहीं थानू दसी आ तो बाकी फिर जो रिफ्यूज़ होंगे है ना बाकी दस भी दया करो कि मैं जाया उत्थे कनेडा वाले तो मैं ले आया उत्थे इनाम जो चाहिए मैंने गोल्ड मैडल देती उन्होंने तो तुम उन्होंने दसते नहीं वह भी जा आते फिर जो वो लवा आते फिर तुम उन्होंने हसते हैं यानी तुम एक दूजे को सुखी देख के हैप्पी नहीं तुम एक दूजे को दुखी देखना चाहते हैं कि मैं भी मेरी भी मोहर लगी ये भी दो लगन सो य चीज़ किस लिए चंकी नहीं जो थोड़े नाल हुई है तो आप अगले को दसो कि भीरा आ देख ला मेरे नाल हुई है तू ना ट्राई कर तेरे एवं मोहर लग जानी है तुम तो उल्टा दूजे को इनकरेज कर दें नहीं जा तू लै फिर की होया लै तेरा मामा उत्थे इंजीनियर आ और देख देनी वह कहें मामा आ गया ठीक है भाजा इतें ही रहे इंग्लैंड स
ਸੋ ਇਹਦੇ ਵਿੱਚ ਇੱਕ ਇਜ਼ ਅ ਵੈਰੀ ਇੰਪੋਰਟੈਂਟ ਜਿਹਾ ਸੀਗਾ ਕਿਉਂਕਿ ਇਹ ਕੁਛ ਲੋਕ ਆਪਣੇ ਆਪ ਨੂੰ ਬਾਹਲੇ ਸਮਾਰਟ ਸਮਝਦੇ ਆ, ਜ਼ਰੂਰਤ ਤੋਂ ਜ਼ਿਆਦਾ ਹੁੰਦੇ ਹੀ ਨਹੀਂ ਇੰਨੇ ਸਮਾਰਟ, ਕਿਉਂਕਿ ਜੇ ਇੰਨੇ ਸਮਾਰਟ ਤੁਸੀਂ ਹੋ ਤਾਂ ਤੁਸੀਂ ਇੰਨੇ ਫਸਿਓ ਨਾ ਹੋ, ਸਮਾਰਟ ਬੰਦਾ ਫਸਦਾ ਨਹੀਂ ਹੁੰਦਾ। ਸੋ ਉਹਦੇ ਵਿੱਚ ਨਾ ਤਾਂ ਤੁਹਾਡੀ ਕਿਸਮਤ ਚੰਗੀ ਹੁੰਦੀ ਹੈ ਨਾ ਤੁਸੀਂ ਸਮਾਰਟ ਹੁੰਦੇ, ਪਰ ਸਮਝ ਨਹੀਂ ਤੁਸੀਂ ਆਪਣੇ ਆਪ ਨੂੰ ਸਮਾਰਟ ਆ। ਉਹ ਕਹਿੰਦੇ ਆਪਣੀ ਅਕਲ ਤਾਂ ਦੂਜੇ ਦਾ ਪੈਸਾ ਸਾਰਿਆਂ ਨੂੰ ਸਮਝ ਕੇ ਜ਼ਿਆਦਾ ਹੁੰਦਾ ਹੈ, ਐਂਡ ਦੈਟਸ ਵਾਟ ਇਟ ਇਜ਼ ਵਿਦ ਆਰ ਕਮਿਊਨਿਟੀ। ਪਰ ਜੇ ਤੁਸੀਂ ਸੱਚ ਮਾੜੇ ਆ ਦੱਸਣ ਲੱਗੇ ਹੋ ਨਾ ਤਾਂ ਸਾਰੀ ਕਮਿਊਨਿਟੀ ਦਾ ਫਾਇਦਾ ਹੋ ਸਕਦਾ, ਬਾ ਇਸ ਦੇ ਬਾਵਜੂਦ ਕਿ ਤੁਸੀਂ ਇੱਕ ਦੂਜੇ ਦੀ ਲੱਤਾਂ ਖਿੱਚੋ, ਝੂਠ ਬੋਲੋ, ਇੱਕ ਦੂਜੇ ਨੂੰ ਗਲਤ ਸਲਾਹਾਂ ਦਿਓ ਬਹਿ ਕੇ, ਇੱਕ ਦੂਜੇ ਨੂੰ ਤੁਸੀਂ ਗਲਤ ਰਸਤੇ ਪਾਓ, ਅਤੇ ਇਹ ਕੰਮ ਛੱਡ ਦਿਓ, ਇਹ ਠੀਕ ਨਹੀਂ ਕੰਮ ਇਹ ਕਮਿਊਨਿਟੀ ਲਈ। ਇਹਦੇ 'ਚ ਕੋਈ ਬਾਹਲਾ ਫਾਇਦਾ ਨਹੀਂ ਇਹਦੇ 'ਚ ਕਿ ਮੈਂ ਦੇਖਿਆ ਅਤੇ ਕਿਉਂ ਮੇਰੇ ਕੋਲ ਕਈ ਮੁੰਡੇ ਆਉਂਦੇ ਆ, ਭਾਅ ਜੀ ਫਲਾਨੇ ਤੋਂ ਸੁਣਿਆ ਸੀ ਇੱਦਾਂ ਹੋਜੂ ਇੱਦਾਂ ਹੋਜੂ, ਮੈਂ ਕਿਹਾ ਜਿੱਥੋਂ ਸੁਣਿਆ ਪਹਿਲਾਂ ਉਹਦਾ ਵੀਜ਼ਾ ਲੱਗਾ, ਕਹਿੰਦੇ ਨਹੀਂ ਭਾਅ ਜੀ। ਫਿਰ ਮੈਂ ਕਿਹਾ ਉਹੀ ਹੋ ਗਿਆ ਕਿ ਅੰਨਾ ਕਾਣੇ ਨੂੰ ਖਿੱਚੀ ਫਿਰਦਾ ਕਿ ਜੀ ਉਹਦੇ 'ਚ ਤੂੰ ਨਾ ਉਹਨੂੰ ਪਤਾ, ਇਜ਼ ਦ ਬਲਾਇੰਡ ਲੀਡਿੰਗ ਦ ਬਲਾਇੰਡ, ਸੋ ਨਾ ਉਹਨੂੰ ਪਤਾ ਨਾ ਤੈਨੂੰ ਪਤਾ, ਤੂੰ ਉਹਦੀ ਸਲਾਹ ਮੰਨ ਕੇ ਅਗਲਾ ਤਾਂ ਬੈਠਾ ਕੱਚਾ, ਤੂੰ ਵੀ ਬਹਿ ਜਾ। ਇਹ ਖਾਸ ਤੌਰ ਨਾਲ ਠੱਗੀ ਇਹ ਹੋ ਰਹੀ ਆ ਸਟੂਡੈਂਟਾਂ ਨਾਲ, ਉਹਨਾਂ ਨੂੰ ਗਲਤ ਸਲਾਹ ਦਿੱਤੀ ਜਾ ਰਹੀ, ਗਲਤ ਰਾਹੀ ਪੈ ਰਹੇ, ਪਰ ਉਹਨਾਂ 'ਚੋਂ ਕੁਛ ਫਸਦੇ ਵੀ ਆ ਪਿਆ। ਉਹਨਾਂ ਨੂੰ ਸਭ ਕੁਛ ਪਤਾ ਹੁੰਦਾ ਸੱਚ, ਪਰ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਭਾਅ ਜੀ ਅਸੀਂ ਫਸਣਾ ਆ। ਤਾਂ ਫਿਰ ਅਗਲਾ ਫਿਰ ਜਿਹੜਾ ਹੁਣ ਆਪ ਜਾ ਕੇ ਫਸਦਾ ਤਾਂ ਅਗਲਾ ਕਹਿੰਦਾ ਆਉਣ ਦਿਓ, ਅਤੇ ਉਹ ਕਹਿੰਦੇ ਇੱਦਾਂ ਪੀਨੇ ਤਾਂ ਤਰੀ ਤਰੀ ਆ, ਪਰ ਜਿਹੜਾ ਬੋਟੀ ਆਪ ਆਉਂਦੀ ਆਉਣ ਦਿਓ। ਸਭ ਅਗਲਾ ਤਾਂ ਤੁਹਾਡਾ ਫਾਇਦਾ ਉਠਾਉਣ ਲਈ ਬੈਠਾ ਆ, ਅਤੇ ਤੁਹਾਡਾ ਫਾਇਦਾ ਉਠਾਊਗਾ। ਬਾਕੀ ਉਹੀ ਗੱਲ ਆ ਕਿ ਦੱਸ ਵਾਈ ਇਸ, ਜੇ ਤੁਸੀਂ ਆਪ ਜਾ ਕੇ ਨਾ ਸਭ ਕੁਛ ਜਾਣਦੇ ਹੋਏ ਫਿਰ ਵੀ ਤੁਸੀਂ ਗਲਤ ਕੰਮ ਕਰਦੇ ਹੋ, ਜਾਂ ਤੁਹਾਡੇ 'ਚ ਕੋਈ ਕਰਦੇ ਆ ਉਹ ਦੋ ਨੰਬਰ ਦਾ ਕੰਮ ਜੋ ਵੀ ਆ, ਦੈਨ ਯੂ ਡਿਜ਼ਰਵ ਉਸ ਕਮਿੰਟ ਹੀ ਆ, ਦੈਟਸ ਦ ਬੇਸਿਕ ਐਂਡ ਪ੍ਰਿੰਸੀਪਲ। ਸਾਰੇ ਇਹੀ ਸੋਚੂਗੇ, ਨਾਓ ਵਨ ਵਿਲ ਹੈਵ ਐਨੀ ਸਿੰਪੈਥੀ ਫੋਰ ਯੂ। ਚਲੋ ਜੀ, ਹੁਣ ਅਸੀਂ ਅਗਲੇ ਕਾਲਰ ਤਾਂ ਦੇਖੇ ਕੌਣ ਹੈ ਲਾਈਨ 'ਤੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਆਵਾਜ਼ ਕੱਟ। ਹੈਲੋ ਭਾਅ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਅ ਜੀ, ਮੈਂ ਪੱਕਾ ਹੋ ਗਿਆ ਸੀਗਾ। ਵੈਰੀ ਗੁੱਡ। ਹਾਂਜੀ ਹਾਂਜੀ, ਅਤੇ ਹੁਣ 22 ਦਾ ਸੀਗਾ ਪਾਸਪੋਰਟ। 22 ਦਾ ਜਿਹੜਾ ਪਾਸਪੋਰਟ ਸੀਗਾ, ਅਤੇ ਮੈਂ ਉਹ ਗਮ ਰਿਪੋਰਟ ਲਿਖਾ ਕੇ ਪੁਲਿਸ ਤੋਂ ਦੁਬਾਰਾ ਬਣਾ ਲਿਆ। ਉਹ 22 ਦਾ ਸਟਿੱਕਰ ਲਾਉਣ ਲਈ 3 ਸਾਲਾਂ ਲਈ ਭੇਜ ਦਿੱਤਾ ਸੀ, ਅਤੇ ਹੁਣ ਉਹ ਜਿਹੜਾ ਪਹਿਲਾਂ ਪਾਸਪੋਰਟ ਹੋਮ ਆਫਿਸ ਵਾਲਾ ਸੀ ਉਹਨੇ ਘਰ ਤੇ ਭੇਜ ਦਿੱਤਾ, ਪਹਿਲਾਂ ਇੰਡੀਅਨ ਪਾਸਪੋਰਟ 22 ਦਾ। ਹੁਣ ਉਹਦਾ ਭਾਅ ਜੀ ਕੀ ਹੋਊਗਾ? ਨਹੀਂ, ਵਾਈਫ ਤੁਹਾਡੀ ਪੱਕੀ ਆ ਜਾਂ ਨਹੀਂ? ਵਾਈਫ ਨੂੰ ਵੀ ਲੱਗੀ? ਪੱਕੀ ਆ, ਉਹਨੂੰ 3 ਸਾਲਾਂ ਦਾ, ਮੈਨੂੰ ਤਾਂ 14 ਸਾਲਾਂ ਬਾਅਦ ਪੱਕੀ ਆ ਇੰਟੈਪੀਟਲ। ਠੀਕ ਆ, ਹਾਂਜੀ ਠੀਕ ਆ। ਪਰ ਹੁਣ ਸਟਿੱਕਰ ਨਵੇਂ ਪਾਸਪੋਰਟ 'ਤੇ ਲਾਤਾ? ਹਾਂਜੀ, ਨਹੀਂ ਪਾਸਪੋਰਟ ਉਹ ਭੇਜਿਆ ਜੀ, ਆਉਣਾ ਆ, ਆਇਆ ਨਹੀਂ ਹੈਗਾ, ਮੈਂ ਤਾਂ ਉੱਦਾਂ ਇੰਡੀਆ ਜਾ ਆਇਆ। ਅੱਛਾ, ਪੁਰਾਣਾ ਪਾਸਪੋਰਟ ਭੇਜਤਾ? ਹਾਂਜੀ, ਪੁਰਾਣਾ ਪਾਸਪੋਰਟ ਹੋਮ ਬਹੁਤ ਸਾਰੇ, ਪਹਿਲਾਂ ਕੇਸ ਡਿਫਿਊਜ਼ ਹੋ ਗਿਆ ਸੀਗਾ। ਉਹ ਐਕਸਪਾਇਰ ਹੋਇਆ? ਹਾਂਜੀ, ਉਹ ਐਕਸਪਾਇਰ ਹੋਇਆ, ਪਰ ਨਵਾਂ ਬਣਨਾ ਦਿੱਤਾ ਹੈ, ਹੈ ਨਾ? ਹਾਂਜੀ, ਨਾ ਪਾਸਪੋਰਟ ਨਵਾਂ ਬਣ ਕੇ ਆ ਗਿਆ, ਉਹ 'ਤੇ ਸਟਿੱਕਰ ਲੱਗਣਾ ਭੇਜਿਆ 22 ਦਾ। ਦੈਟਸ ਫਾਈਨ, ਫਿਰ ਇਹਦੇ ਵਿੱਚ ਕਾਹਦੀ ਪ੍ਰੋਬਲਮ ਹੈ? ਹਾਂਜੀ, ਅਤੇ ਉਹ ਪਹਿਲੇ ਦਾ ਕੀ ਹੋਊਗਾ? ਰੱਖ ਲਓ ਕੋਲ, ਉਹਦਾ ਕੀ ਕਰਨਾ ਹੁਣ? ਨਹੀਂ, ਉਹ ਫਿਰ ਜਿਹੜੀ ਪੁਲਿਸ ਰਿਪੋਰਟ ਜਿਹੜੀ ਦਿੱਤੀ ਹੋਈ ਉਹਨੂੰ ਦੱਸਣਾ ਪਊਗਾ ਕਿ ਨਹੀਂ? ਨਹੀਂ, ਉਹ ਤਾਂ ਜਦ ਤੱਕ ਉਹ ਤੁਹਾਨੂੰ ਕੁਛ ਕਹਿੰਦੇ ਨਹੀਂ ਜਦ ਤੱਕ ਤੁਹਾਨੂੰ ਦੱਸਣ ਦੀ ਕੀ ਲੋੜ ਹੈ? ਚੰਗਾ, ਤੁਹਾਨੂੰ ਉਹਨਾਂ ਨੇ ਕੁਛ ਕਿਹਾ? ਹਾਂਜੀ ਹਾਂ, ਐਵੇਂ ਸੁੱਤੇ ਹੋਏ ਸ਼ੇਰ ਨੂੰ ਨਹੀਂ ਗਾਈਦਾ ਮੇਰੇ ਵੀਰ। ਓਕੇ, ਪੁਲਿਸ ਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ? ਤੁਹਾਨੂੰ ਕਿਸੇ ਨੂੰ ਕੋਈ ਦੇ ਸਾਲੇ ਦੱਸਣ ਦੀ ਲੋੜ ਨਹੀਂ ਜਦ ਤੱਕ ਤੁਹਾਨੂੰ ਕੋਈ ਜਵਾਬ ਨਹੀਂ ਆਉਂਦਾ ਹੋਮ ਆਫਿਸ ਤੋਂ। ਓਕੇ, ਉਹ ਤਾਂ ਫਿਰ ਜਿਹੜਾ ਇੱਥੇ ਪਾਸਪੋਰਟ ਇੱਥੋਂ ਬਣਾਇਆ ਸੀਗਾ ਮੈਸੇਜ 'ਚੋਂ, ਉਹ ਭੇਜਿਆ ਆ ਸਟਿੱਕਰ ਲਵਾਉਣ। ਹਾਂ ਠੀਕ ਹੈ, ਉਹਨੂੰ ਫਿਰ ਵੇਟ ਕਰੋ ਜਦ ਤੱਕ ਤਾਂ ਆਉਂਦਾ ਨਹੀਂ। ਜੇ ਹੋਮ ਆਫਿਸ ਦੀ ਕੋਈ ਇਨਕੁਆਇਰੀ ਹੋਊਗੀ ਉਹ ਤੁਹਾਨੂੰ ਆਪ ਹੀ ਲਿਖੂਗੇ। ਓਕੇ ਭਾਅ ਜੀ, ਹਾਂ ਇਹਦੇ ਵਿੱਚ, ਹਾਂ ਇਹਦਾ ਨਾ ਕੁਛ ਕਰ ਮੇਰਾ ਵੀਰ, ਜਿੱਦਾਂ ਹੈਗਾ ਪਿਆ ਰਹਿੰਦੇ। ਹਾਂਜੀ, ਓਕੇ ਭਾਅ ਜੀ, ਓਕੇ ਓਕੇ, ਸਤਿ ਸ਼੍ਰੀ ਅਕਾਲ ਜੀ, ਓਕੇ। ਚਲੋ ਜੀ, ਹੁਣ ਇਹਨਾਂ ਨੇ ਬ੍ਰੇਕ ਹਲ, ਅਤੇ ਮੈਂ ਤੁਹਾਨੂੰ ਮਿਲਦਾ ਬ੍ਰੇਕ।
This is the pump which has been installed by Tarsay. And the kids, on a really hot day like this, can cool off. Before there was nothing here, they had to bring water. Thank you to everybody who supported Tarsay in Haiti. And we're doing more wells, because look at the difference it makes. These kids, they need to wash 38 kids in this orphanage, New Vision Orphanage. And without this, there's a problem. Is it good? Yes. You happy? Yes, we're so happy. Thank you. Thank you very much. They're saying thank you to everyone. Thanks. We are only good as the people who give us the money. So these little kids can have a bath. Yeah, and on a hot day like this, you can chill out, right? Right? Yeah? So, the most important thing in life, water. Yeah, you're right. Welcome to the show. Pehle ta hello hi kehna ek do. Some pleasant bachche today. Simran, Roop and Maya. Unna nu hello kehna ke main unke aas ga say hello to you. So hello Simran, Roop and Maya. It was very nice to meet you today. So I was very happy. So I did say hello to you. So hello to you from me. And yes, you can say a telephone now. Yeah, that we met Hijab uncle in the office. Uncle hi ban gaya hona, you know what I mean? I'm 37 now. Uncle could get used to it, people call me uncle. Little Totti and the very first still, Koigani, Sambana Penda, or Kaskale Hoke. Horn of Afik, we're going to the phone lines and see who's on the phone. Okay, we're going to 49 Honi Kolia. So just open now. So Jere Kumare, I don't know. Mafichona, Honi Kolia to see Yadik, our number here, and Kumar Sakadia. They are the Kumirakal Kulagan. Hello. 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 ਓਹ ਆਹ ਦੇਖਾ ਇੰਨਾ ਗੁੱਸਾ ਉਹ ਜੀ ਆਹ ਦੇਖੋ ਕੋਲ ਰੱਖ ਦਿੱਤੀ ਇੱਦਾਂ ਰੱਖਿਆ ਨਾ ਕਰੋ ਫਿਰ ਬਾਅਦ ਤੁਸੀਂ ਕਹਿਣਾ ਬਿੱਲ ਆ ਗਿਆ ਫਿਰ ਹੁਣ ਤੁਸੀਂ ਗੱਲ ਤਾਂ ਕਰ ਲਿਆ ਕਰੋ ਹੈਲੋ ਸੁਣ ਕੇ ਹੀ ਡਰ ਗਏ ਤੁਸੀਂ ਸਲਾਹ ਸੁਣ ਕੇ ਕੀ ਕਰੋਗੇ ਵਟਸ ਅਗੇਨ ਠੀਕ ਆ ਰਿਹਾ ਨੰਬਰ ਸਕਰੀਨ 'ਤੇ ਆ ਰਿਹਾ ਜਿਨ੍ਹਾਂ ਨੇ ਵੀ ਗੱਲ ਕਰਨੀ ਕਰ ਸਕਦੇ ਹਾਂ ਗੱਲ ਅਸੀਂ ਕਰ ਰਹੇ ਹਾਂ ਇਮੀਗ੍ਰੇਸ਼ਨ ਦੀ ਕਿ ਇਸ ਇਸ ਸਾਲ ਕੀ ਤਬਦੀਲੀਆਂ ਹੋਈਆਂ ਕੀ ਨਹੀਂ ਹੈ ਗੌਰਮੈਂਟ ਨੇ ਕੀ ਕੀਤਾ ਕੀ ਨਹੀਂ ਲੈਟਸ ਰਾਊਂਡ ਅਪ ਦੀ ਈਅਰ ਪਹਿਲੀ ਤਾਂ ਗੱਲ ਇਹ ਜੀ ਕਿ ਨਵਾਂ ਕਾਨੂੰਨ ਇੰਟਰੋਡਿਊਸ ਕੀਤਾ ਜੇ ਤੁਸੀਂ ਆਪਣੇ ਘਰ ਵਾਲੀ ਮੰਗਵਾਉਣੀ ਸੋ ਉਹਦੇ ਵਿੱਚ 18,600 ਦੀ ਇਨਕਮ ਇਹਨਾਂ ਨੇ ਰੱਖੀ ਹੋਆ ਕਿ ਇਫ ਯੂ ਵਨ ਬ੍ਰਿੰਗ ਯੋਰ ਹਸਬੈਂਡ ਔਰ ਵਾਈਫ ਓਵਰ ਯੂ ਮਸਟ ਬੀ ਅਰਨਿੰਗ 18,600 a year ਔਰ ਇਫ ਯੂ ਅਰਨਿੰਗ ਲੋਅਰ ਦੈਨ ਦੈਟ ਦੈਨ ਯੂ ਮਸਟ ਹੈਵ ਸੇਵਿੰਗਸ ਦੈਨ ਯੂ ਕੈਨ ਦੇਰ ਇਜ਼ ਅ ਫਾਰਮੂਲਾ ਫੋਰ ਇਟ ਫਾਰਮੂਲਾ ਬਣਾਇਆ ਜੋ ਕਿ ਇਹਨਾਂ ਦੀ ਵੈਬਸਾਈਟ 'ਤੇ ਆ ਦੈਟ ਵਾਜ਼ ਵਨ ਆਫ ਦ ਬਿਗ ਚੇਂਜਿਸ ਬਿਗ ਬਿਗ ਚੇਂਜ ਬਣਾਈ ਗਈ ਆ ਟੂ ਕੱਟ ਰੀਅਲੀ ਦ ਨੰਬਰ ਆਫ ਸਪਾਊਸਿਸ that come to the UK and a number of people that can come over. Fir ji syanayan de rule vich unhone change kiti hai ke sirf eh nahi ke syana kalla hove te utthe koi look after karne hove bimar hove assi paise bhej de eh enough nahi hega physically vi oh bimar hove ta aam taur te oh din de sare kam hunde oh thade sahayata to bina nahi kar sakde pure so now you have to prove that so je hun syane magaune ha thanu pehla itho ja ke saal bhar utthe reh ke unhan di look after karni pani hai ਫਿਰ ਤੁਸੀਂ ਅਪਲਾਈ ਕਰ ਸਕੋਗੇ ਉਹਦੇ ਵਿੱਚ ਸੋ ਦੈਟਸ ਇਹ ਬਹੁਤ ਜ਼ਰੂਰੀ ਹੈ ਬਹੁਤ ਬੜਾ ਚੇਂਜ ਕੀਤਾ ਇਹਨਾਂ ਨੇ 9 ਜੁਲਾਈ ਨੂੰ ਚਲੋ ਹੁਣ ਅਸੀਂ ਕਾਲ ਵੱਲ ਜਾਂਦੇ ਹਾਂ ਤਾਂ ਦੇਖਦੇ ਕੌਣ ਹੈ ਲਾਈਨ 'ਤੇ ਹੈਲੋ 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 ਜੀ ਮੈਨੂੰ ਇੱਕ ਕੁਐਸਚਨ ਪੁੱਛਣਾ ਸੀ ਮੈਂ ਆਪਣਾ ਜੋ ਕੇਸ ਭੇਜਿਆ ਸੀ ਇਨਡੈਫਿਨਿਟਲੀ ਰਿਮੈਂਡ ਕੇ ਲਈ ਭੇਜਿਆ ਹੋਇਆ ਹੈ ਹਾਂ ਕਿਸ ਬੇਸ ਪੇ ਇੱਕ ਪੋਜ਼ ਸ਼ਾਦੀ ਕੇ ਬੇਸ ਪੇ ਠੀਕ ਹੈ ਹਾਂ ਹਾਂ नहीं उसमें कोई प्रॉब्लम नहीं होगी हाँ पासपोर्ट ही मंगाया ना उन्होंने अपना नहीं दैट्स फाइन फिर इसमें कहने में की प्रॉब्लम है कुछ भी नहीं होनी अच्छा और मैं ये पूछता था कि उसमें मेरी क्योंकि मेरी वाइफ अभी अनएम्प्लॉयड है मैं एम्प्लॉयड हूँ हाँ और मेरी इनकम लगभग 10,000 हाँ नहीं उसमें कोई प्रॉब्लम नहीं है
जो आप ओल्ड रूल्स में आते हैं उसके मुताबिक आपके एक जने में से आपको काम करना चाहिए, चाहे आप हो चाहे आपके वाइफ हो। हाँ, बेनिफिट्स पे नहीं होना चाहिए, दैट्स द मेन थिंग। बेनिफिट तो नहीं ले रहे ना आप? नहीं नहीं, ठीक है, फिर कोई प्रॉब्लम नहीं। कब तक ये डिसाइड हो जाता? अभी मुझे 4 महीने हो गए। अभी 6 महीने लग रहे हैं। भेजा कब था आपने? मैंने भेजा था अगस्त में। अभी तो जुलाई वाले भी नहीं आए मेरे भाई। अभी तो जुलाई वाले भी नहीं आए अभी। हाँ हाँ, 1-2 महीने लग जाएंगे आपको, 2 महीने लेके चलो। ओके जी, नो प्रॉब्लम। इसके साथ एक कॉलर जो कि जिन्होंने भी अपने पुराने रूल्स के थले थानू वीज़ा मिलया आ, तो वो थानू पुराने रूल्स के ही थानू होगा जो लू कानून लागू पैंदा। हैलो हैलो जी। हैलो जी, हाँ जी सरजाब भाजी। हाँ जी सरजाब जी, असी नंदा तो बोल रहे हैं। हाँ जी। अच्छा, मेरी भतीजी का केस सिगार अपील सी है जी। हाँ। ओ सी कल है जी। कादे वीजे लिए? रिफ्यूजल दी सी। नहीं नहीं, विजिटर लिए। हाँ जी, ठीक है जी। ते उना उत्थे मैं गया अपने जैरड क्रॉस है। हाँ। उत्थे वो जो मेरी बारी आई वो कहने साढ़े को उनको जज है नहीं गा। हाँ। ते होम ऑफिस का बंदा जज के साथ बैठूगा है। राइट। ये जो जिधर होम ऑफिस का वर्कर है और लाउड है का जज जाले साथ बैठने दा? नहीं है। नहीं। अच्छा, वो बैठा। राइट। चलो जी, मैं जो फिर अंदर गया वा जी है। हाँ। ते वो बंदा मेरा तो ख्याल श्रीलंका लगता सी है। हाँ। ते मैनू कहिंदा भई तेरी हरनीश किदा आया है। हाँ। मैं कहा भाई दब मेरे खजन की डोटर आ। हाँ। ते अखे ओ तेरी नीज लग नहीं सकती कहंदा। दैट्स राइट। हाँ है। हाँ। ते मैं कहा भाई ये किदा हो सकदा भाई? ते फिर ओ कहंदा अखे ए फिर अपील भी नहीं अखे अलाउड हो। बिल्कुल सही है भाजी। ओ ते जे फिर अलाउड नहीं फिर दिल्ली वाले ने क्यों कहा? ओ भाजी सारे नु दंदे आ। हां जी, ओ सारे नु हक दंदे आ। हां जी, कई बारी गलती च भी फॉर्म दे दंदे ओ। पर यह जी थी अपील लाई आ ना, ओनू पता होना चाहिए सी कि यह रिश्ता बच्चे नहीं आता, क्यों नीस थोड़ी वही बन रही है सके भैन भरा की थोड़े बच्चा हो मानते गह थे ताए चाचे दे मुंडे की गह कुड़ी वह नहीं बनते, वह नहीं नीस बनती। हाँ, ये सही है, ये रिश्ता नहीं सगा, अपील इनवैलिड कर दी होनी। बस हाँ, बिल्कुल सही सी, सॉरी वाला काम ही भाजी, ये अपील थोड़ी लग लगती नहीं सी बनती। जिन भी अपील लाई ना जा अनजाण सी। हाँ, जान थानू सही समझाया नहीं पर उन्हों अपे अपील लगनी नहीं सी। दोबारा अप्लाई कर सकते पर उदे विच भी अपील नहीं मिलनी थानू कि हुण अपीलां बंद करती हैं। हाँ, सो तुसीं अप्लाई कर सकते हैं, वीजा लगूगा या नहीं उहदी कोई गरंटी नहीं भाजी। हाँ जी, ठीक है जी। नहीं पर जो होया ठीक उन कीता कानून मुताबक। हाँ, वह सही सीगा, ਇਹ ਹੋਣਾ ਹੀ ਸੀ ਭਾਜੀ। ਅੱਛਾ। ਹਾਂ, ਇਹ ਹੋਣਾ ਸੀਗਾ। ਚਾਹੁੰਦਾ ਮੈਂ ਸਾਰੇ ਫੈਮਿਲੀ ਹਿਸਟਰੀ ਕਹਿੰਦਾ ਨਹੀਂ। ਨਹੀਂ ਭਾਜੀ, ਉਹ ਜੇ ਤੁਹਾਡੇ ਤੁਸੀਂ ਤੁਹਾਡੇ ਬ੍ਰਦਰ ਦੀ ਹੁੰਦੀ ਆ, ਸਿਸਟਰ ਦੀ ਲੜਕੀ ਹੁੰਦੀ, ਉਹ ਵੱਖਰੀ ਗੱਲ ਸੀਗੀ। ਅੱਛਾ। ਹਾਂ, ਪਰ ਗਾਹਾਂ ਕਜ਼ਨ ਦੀ ਲੜਕੀ ਲੜਕਾ ਉਹ ਨੀਸ ਵਿੱਚ ਨਹੀਂ ਆਉਂਦਾ। ਸਾਡੇ ਲਈ ਤਾਂ ਨੀਸ ਹੀ ਆਉਂਦਾ ਭਾਵੇਂ ਪੰਜਾਬੀ 'ਚ ਜਿੱਦਾਂ ਹੋਈਏ, ਪਰ ਇਹਨਾਂ ਦੇ ਰਿਸ਼ਤਿਆਂ 'ਚ ਨੀਸ ਨਹੀਂ ਆਉਂਦਾ ਭਾਜੀ। ਚਲੋ, ਓਕੇ ਭਾਜੀ, ਤੁਹਾਡਾ ਓਕੇ ਜੀ, ਨੋ ਪ੍ਰੋਬਲਮ ਜੀ। ਓਕੇ ਓਕੇ ਜੀ, ਥੈਂਕ ਯੂ ਵੈਰੀ ਮਚ। ਅਤੇ ਹਾਂਜੀ, ਹੁਣ ਤਾਂ ਦੇਖੋ ਰਿਸ਼ਤੇ ਨੂੰ ਮੰਨਦੇ ਨੇੜੇ ਦੇ ਰਿਸ਼ਤੇ ਨੂੰ। ਸੋ ਨੀਸ ਹੁੰਦੀ ਆ ਕਿ ਤੁਹਾਡੇ ਬ੍ਰਦਰ ਸਿਸਟਰ ਦੀ ਲੜਕਾ ਲੜਕੀ ਨੀਸ ਨੈਫਿਊ ਹੁੰਦੇ ਆ। ਇਹ ਨਹੀਂ ਗਾਹਾਂ ਜੀ ਸਾਡੇ ਪੇਂਡੂ ਆ, ਮੇਰੇ ਤਾਏ ਦੇ ਮੁੰਡੇ ਦੇ ਜਾਂ ਮੇਰੇ ਭੂਆ ਦੇ ਮੁੰਡੇ ਦੇ ਗਾਹਾਂ ਉਹਦੇ ਜੋ ਵੀ ਆ ਲੜਕਾ ਲੜਕੀ, ਇਹ ਨੀਸ ਨਹੀਂ ਗਿਣੀ ਜਾਂਦੀ। ਅਤੇ ਉਹਦੇ ਵਿੱਚ ਇਹ ਨਹੀਂ ਕਿ ਹਾਂ ਇੱਦਾਂ ਦਾ, ਇੰਡੀਆ ਵਾਲੇ ਤੁਹਾਨੂੰ ਪਤਾ ਸਾਰੇ ਕਹਿਣ ਆਂਟੀ 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 ਕਰਕੇ, ਤੁਹਾਨੂੰ ਪਤਾ ਆਂਟੀ ਆਂਟੀ ਕਰਨ ਨੂੰ ਕਿੰਨੇ ਤੇਜ਼ ਆ ਜੋ ਮਤਲਬ ਲੈਣਾ ਹੁੰਦਾ ਉਹਨਾਂ ਨੇ ਤੁਹਾਡੇ ਸਾਹ ਦੇਈਆਂ ਪਾਈ ਜਾਣ। ਪਰ ਉਹ ਵੀ ਕੰਮ ਹੁਣ ਫਿਨਿਸ਼ ਆ, 9 ਜੁਲਾਈ ਤੋਂ ਬਾਅਦ ਸਿਰਫ ਅਪੀਲ ਰਹਿ ਗਈ ਭੈਣ ਭਰਾ ਦੀ, ਮਾਪੇ ਦੀ, ਧੀ ਪੁੱਤ ਦੀ, ਗ੍ਰੈਂਡ ਪੇਰੈਂਟਸ ਦੀ, ਆਹ ਅਪੀਲਾਂ ਰਹਿ ਗਈਆਂ। ਸਭ ਨੀਸ ਨੈਫਿਊ ਅੰਕਲ ਆਂਟੀ ਸਾਰੀਆਂ ਅਪੀਲਾਂ ਖਤਮ ਕਰਤੀਆਂ 9 ਜੁਲਾਈ ਤੋਂ ਬਾਅਦ। ਚਲੋ ਜੀ, ਹੁਣ ਅਸੀਂ ਅਗਲੇ ਕਾਲਰ ਵੱਲ ਤਾਂ ਦੇਖਦੇ ਕੌਣ ਹੈ ਲਾਈਨ 'ਤੇ। ਹੈਲੋ 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 ਹਾਂਜੀ ਹਾਂਜੀ, ਆਵਾਜ਼ ਆਉਂਦੀ? ਹਾਂਜੀ ਬਿਲਕੁਲ ਆਉਂਦੀ। ਹਾਂਜੀ, ਅੱਛਾ, ਓਕੇ ਜੀ। ਮੈਂ ਪੁੱਛਣਾ ਸੀ, ਮੇਰੀ ਡੋਟਰ ਆ 2 ਸਾਲ ਦੀ। ਹਾਂਜੀ, ਉਹ ਇੰਡੀਆ 'ਚ ਜੇ ਉਹਨੂੰ ਲਿਆਉਣਾ ਹੋਵੇ ਮਾਂ ਪੀ ਲਿਆ ਸਕਦਾ ਜਾਂ ਕੋਈ ਥਰਡ ਪਰਸਨ ਵੀ ਲਿਆ ਸਕਦਾ? ਥਰਡ ਪਰਸਨ ਲਿਆ ਸਕਦੇ ਭਾਜੀ, ਜੇ ਅਥਾਰਟੀ ਹੋਵੇ।
ਇੱਥੋਂ ਕੋਰਟ ਤੋਂ ਤੁਹਾਨੂੰ ਪਹਿਲਾਂ ਜਾਂ ਵਕੀਲ ਤੋਂ ਐਫੀਡੇਵਿਟ ਬਣਾਉਣਾ ਪੈਂਦਾ ਪਰ ਅੱਜ ਕੱਲ੍ਹ ਏਅਰਪੋਰਟ 'ਤੇ ਰੋਕਣ ਲੱਗ ਪਏ ਭਾਅ ਜੀ ਉਹ ਕਾਫੀ ਹਾਂ ਕਿਉਂ ਉਹਦੇ ਵਿੱਚ ਇਹ ਸੋਧੇ ਕਿ ਚਾਈਲਡ ਸਮਗਲਿੰਗ ਹੋ ਰਹੀ ਆ ਹਾਂ ਬੈਟਰ ਤਾਂ ਹੀ ਆ ਉਹਦੇ ਮਾਂ ਪੇ ਜਾਣ ਉੱਥੇ ਲੈਣ ਇੱਕ ਜਣਾ ਭਾਵੇਂ ਦੋ ਦਿਨ ਲਈ ਜਾ ਕੇ ਲਿਆਓ ਜਾਂ ਫਿਰ ਉਹਦੇ ਗ੍ਰੈਂਡ ਪੇਰੈਂਟਸ ਜਾਣ ਸਵਾਲ ਪੁੱਛਣੇ ਜੇ ਤੁਸੀਂ ਅਥਾਰਟੀ ਦਿਓ ਤਾਂ ਕੋਈ ਬੜੀ ਗੱਲ ਵੀ ਨਹੀਂ ਲਿਆ ਵੀ ਸਕਦੇ ਆ ਪਰ ਆਲ ਡਿਪੈਂਡਸ ਕਰਦਾ ਕਿ ਏਅਰਪੋਰਟ ਤੇ ਤੁਹਾਨੂੰ ਕੀ ਰੋਕਦੇ ਆ ਜਾਂ ਨਹੀਂ ਉਹ ਹਾਂ ਯੂਜ਼ਲੀ ਬੈਸਟ ਇਹ ਕਿ ਆਪ ਪੇਰੈਂਟਸ ਜਾਣ ਜਾਂ ਗ੍ਰੈਂਡ ਪੇਰੈਂਟਸ ਜਾਣ ਔਰ ਚਲੋ ਠੀਕ ਹੈ ਇਹ ਜਾਨਣਾ ਸੀ ਮੈਂ ਤੇ ਓਕੇ ਜੀ ਓਕੇ ਨੋ ਪ੍ਰੋਬਲਮ ਓਕੇ ਜੀ ਓਕੇ ਥੈਂਕ ਯੂ ਕਿਉਂਕਿ ਤੁਹਾਨੂੰ ਪਤਾ ਹੈ ਕਿ ਚਾਈਲਡ ਦੇ ਇਸ਼ੂਜ਼ ਜਿਹੜੇ ਹੈਗੇ ਆ ਕਾਫੀ ਸੈਂਸਿਟਿਵ ਹੈਗੇ ਆ ਐਂਡ ਦੇ ਡੋਨਟ ਲੈਟ ਯੂ ਬ੍ਰਿੰਗ ਸਮਵਨ ਐਲਸਿਸ ਕਿਡ ਇਨਟੂ ਦਿਸ ਕੰਟਰੀ ਆਮ ਸ਼ੋਰ ਵੀ ਊਡ ਲਾਈਕ ਟੂ ਯੂ ਨੋ ਬਟ ਦੇ ਜਸਟ ਵਾਂਟ ਟੂ ਡੂ ਇਟ ਬਿਕਾਜ਼ ਯੂ ਕੈਨ ਯੂ ਕੁਡ ਬੀ ਚਾਈਲਡ ਸਮਗਲਿੰਗ ਇਨ ਦੈਟ ਸੋ ਉਹਦੇ ਵਿੱਚ ਯੂ ਕੁਡ ਬੀ ਟੂਇੰਗ ਅ ਕਿਡ ਕੁਡ ਹੈਵ ਕਿਡਨੈਪਡ ਹਿਮ ਔਰ ਵਾਟਐਵਰ ਸੋ ਉਹਦੇ ਵਿੱਚ ਇਨ ਲਾਈਟ ਆਫ ਆਲ ਦ recent press stuff that goes on, all the media stuff, and especially children, high profile stuff, and they just won't allow that any sort of anymore. You're asking to get stopped at the airport and questioned, and you know, you just don't need that hassle. Chalo ji hone siane agle call te dekh re kon hai line te. Hello, haan ji bhai, sat sri akal ji. Vichi main gal puchni si, haan ji, mera family based na visa laga siga, hune mainu remain to leave mili si, haan, indefinite leave to remain mili ki mili, haan ji. ਕਾਦੀ ਲੀਵ ਟੂ ਰਿਮੇਨ ਪੱਕੀ ਲੀਵ ਮਿਲੀ ਤੁਹਾਨੂੰ ਇਹ 3 ਸਾਲ ਦਾ ਵੀਜ਼ਾ ਹੈ ਡਿਸਕ੍ਰੈਸ਼ਨਰੀ ਲੀਵ ਜਿਹਨੂੰ ਕਹਿੰਦੇ ਹਨ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਦਾਂ ਕਿ ਮੇਰੇ ਬੱਚੇ ਦੋਵੇਂ ਇੱਥੇ ਦੇ ਬੋਰਡ ਨਾ ਹਾਂ ਤੇ ਉਹ ਮੈਂ ਇੰਡੀਅਨ ਪਾਸਪੋਰਟ ਅਪਲਾਈ ਕਰਨਾ ਚਾਹੁੰਦਾ ਉਹਨਾਂ ਦਾ ਤੇ ਮੈਂ ਇੰਡੀਅਨ ਪਾਸਪੋਰਟ ਅਪਲਾਈ ਕਰਾਂਗੇ ਜਾਂ ਫਿਰ ਮੈਨੂੰ 2015 ਤੱਕ ਉਹਨਾਂ ਵੇਟ ਕਰਨੀ ਪਊ ਕਿਦਾਂ ਨਹੀਂ 15 ਚ ਤਾਂ ਪੱਕੇ ਹੋਣਾ ਨਹੀਂ ਮੇਰਾ ਵੀਰ ਤੁਸੀਂ ਨਹੀਂ ਹਾਂਜੀ ਉਹ ਮੈਂ ਸਮਝ ਗਿਆ ਕਿ ਮੈਂ ਇਹ ਚਾਹੁੰਦਾ ਕਿ ਇੰਡੀਅਨ ਪਾਸਪੋਰਟ ਪਹਿਲਾਂ ਲੈ ਸਕਦਾ ਨਾ ਦਾ ਮੈਂ ਹਾਂ ਬਿਲਕੁਲ ਲੈ ਸਕਦਾ ਤੇ ਉਹਦਾ ਕੀ ਪ੍ਰੋਸੀਜਰ ਹੈ ਕੁਝ ਦੱਸ ਸਕਦੇ ਹੋ ਐਮਬੈਸੀ ਜਾ ਕੇ ਅਪਲਾਈ ਕਰੋ ਮੇਰਾ ਵੀਰ ਅੱਛਾ ਮੈਂ ਇਹ ਨਾ ਜਿਵੇਂ ਮੈਂ ਗਿਆ ਸੀਗਾ ਤੇ ਉੱਥੇ ਨਾ ਜਦੋਂ ਅਸੀਂ ਆਪਣਾ ਪਾਸਪੋਰਟ ਅਪਲਾਈ ਕੀਤਾ ਤਾਂ ਮੈਨੂੰ ਉਹਨਾਂ ਨੇ ਕਾਫੀ ਲੰਬੇ ਚੱਕਰ 'ਚ ਪਾ ਛੱਡਿਆ ਕਿ ਮੇਰਾ ਤਿੰਨ ਮਹੀਨੇ ਪਾਸਪੋਰਟ ਲਟਕਾ ਪਾਇਆ ਹੋਇਆ ਹੈ ਨਾ ਰਾਈਟ ਤੂੰ ਸਟੇ ਤਾਂ ਨਹੀਂ ਮੰਗੀ ਪਹਿਲਾਂ ਨਾ 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 ਕੁਛ ਨਹੀਂ ਮੰਗਿਆ ਮੈਂ ਤਾਂ ਰੀਨਿਊ ਵਾਸਤੇ ਪਾਇਆ ਸੀਗਾ ਪੁਰਾਣਾ ਪਾਸਪੋਰਟ ਐਕਸਪਾਇਰ ਹੋਏ ਨੂੰ 2 ਸਾਲ ਤੋਂ ਉੱਪਰ ਹੋ ਗਏ ਸੀਗੇ ਰਾਈਟ ਤੇ ਇਸ ਕਰਕੇ ਉਹਨਾਂ ਨੇ ਲੰਬਾ ਚੱਕਰ ਜਿਹਾ ਪਾ ਛੱਡਿਆ ਦੈਟਸ ਫਾਈਨ ਕੋਈ ਗੱਲ ਨਹੀਂ ਮਿਲ ਜਾਣਾ ਪਾਸਪੋਰਟ ਸ਼ੁਡਨਟ ਬੀ ਅ ਪ੍ਰੋਬਲਮ ਹਾਂਜੀ ਪਾਸਪੋਰਟ ਮਿਲ ਜਾਣਾ ਚਾਹੀਦਾ ਕੋਈ ਪ੍ਰੋਬਲਮ ਤਾਂ ਨਹੀਂ ਹੋਣੀ ਚਾਹੀਦੀ ਨਹੀਂ ਪ੍ਰੋਬਲਮ ਕੋਈ ਨਹੀਂ ਹੈਗੀ ਪਿੱਛੋਂ ਡੈਡ ਨੂੰ ਮੈਂ ਪਤਾ ਕੀਤਾ ਸੀ ਉਹ ਕਹਿੰਦੇ ਤੇਰੀ ਕਲੀਅਰੈਂਸ ਤੂੰ ਹੋ ਗਈ ਆ ਫਿਰ ਵੀ ਇਹ ਉਹਦਾ ਭਾਜੀ ਇਹ ਟਾਈਮ ਲਾਉਂਦਾ ਹੀ ਆ ਅੱਛਾ ਤੇ ਮੈਨੂੰ ਬੱਚਿਆਂ ਵਾਸਤੇ ਡਾਇਰੈਕਟ ਮੈਂ ਉੱਥੇ ਐਮਬੈਸੀ ਚ ਜਾਵਾਂ ਸਰ ਹਾਂਜੀ ਥੈਂਕ ਯੂ ਭਾਜੀ ਥੈਂਕ ਯੂ ਹਾਂਜੀ ਤੁਸੀਂ ਡਾਇਰੈਕਟ ਜਾਓ ਐਮਬੈਸੀ ਓਕੇ ਕਿਉਂਕਿ ਜਿਹੜੇ ਡਿਸਕ੍ਰੈਸ਼ਨਰੀ ਲੀਵ ਤੇ ਹੁੰਦੇ ਆ ਉਹ 6 ਸਾਲਾਂ ਤੋਂ ਪਹਿਲਾਂ ਨਹੀਂ ਪੱਕੇ ਹੁੰਦੇ ਉਹਨਾਂ ਨੂੰ 3-3 ਸਾਲ ਦਾ ਇਹੀ ਇਹਦਾ ਘਾਟਾ ਹੁੰਦਾ ਕਿ 3-3 ਸਾਲ ਦੇ ਤੁਹਾਨੂੰ 2 ਵੀਜ਼ੇ ਮਿਲਦੇ ਆ ਉਹਦੇ 6 ਸਾਲ ਹੀ ਪੱਕੇ ਹੁੰਦੇ ਆ ਇਹ ਜ਼ਿਆਦਾ ਉਹਨਾਂ ਨੂੰ ਮਿਲਦੇ ਆ ਜਿਹੜੇ ਲੋਕ ਇੰਡੀਆ ਜਾ ਕੇ ਵੀਜ਼ਾ ਲਿਆਉਣ ਨੂੰ ਤਿਆਰ ਨਹੀਂ ਜਾਂ ਇੱਥੇ ਲੱਤਾਂ ਅੜਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹਨਾਂ ਨੂੰ ਫਿਰ ਉਹ ਗਾਹਾਂ 6 ਸਾਲ ਹੀ ਪੱਕੇ ਕਰਦੇ ਆ ਨਹੀਂ ਤਾਂ ਜਿਹੜੇ ਇੰਡੀਆ ਜਾਂਦੇ ਉਹ ਤਾਂ ਅੱਗੇ ਤੁਹਾਨੂੰ ਪਤਾ 2 ਸਾਲਾਂ ਬਾਅਦ ਆ ਕੇ ਪੱਕੇ ਹੋ ਗਏ ਅਤੇ ਉਹ 3 ਸਾਲਾਂ ਬਾਅਦ ਤਾਂ ਬ੍ਰਿਟਿਸ਼ ਪਾਸਪੋਰਟ ਮਿਲ ਜਾਂਦਾ ਸੀਗਾ ਪਰ ਡਿਸਕ੍ਰੈਸ਼ਨਰੀ ਲੀਵ ਦਾ ਹੀ ਡਾਊਨਫੋਲ ਆ ਯੂ ਮਾਈਟ ਨਾਟ ਹੈਵ ਟੂ ਲੀਵ ਦ ਯੂਕੇ ਟੂ ਗੈਟ ਅ ਵੀਜ਼ਾ ਬਟ ਇਟ ਟੇਕਸ ਯੂ 6 ਇਅਰਸ ਟੂ ਗੈਟ ਇਨਡੈਫਿਨਿਟ ਸੋ ਉਹਦੇ ਵਿੱਚ ਵੀ ਯੂ ਨੋ ਇਟਸ ਪ੍ਰੋਸ ਐਂਡ ਕੌਨਸ ਟੂ ਐਵਰੀਥਿੰਗ ਸੋ ਹਰੇਕ ਚੀਜ਼ ਦਾ ਫਾਇਦਾ ਨੁਕਸਾਨ ਹੁੰਦਾ ਆ ਡਿਸਕ੍ਰੈਸ਼ਨਰੀ ਲੀਵ ਦਾ ਇਹੀ ਹੁੰਦਾ ਆ ਅੱਜ ਕੱਲ੍ਹ ਜੋ ਕੇਸ ਪੈਂਦੇ ਆ ਉਹ ਇਹ ਪੈਂਦੇ ਆ ਕਿ ਜੇ ਤੁਹਾਡਾ ਬੱਚਾ ਇੱਥੇ ਹੋਇਆ ਤਾਂ ਬੱਚਾ ਬ੍ਰਿਟਿਸ਼ ਆ ਇਹ ਨਹੀਂ ਕਿ ਇਕੱਲਾ ਬ੍ਰਿਟਨ 'ਚ ਪੈਦਾ ਹੋਇਆ ਜੇ ਤੁਹਾਡੇ ਬੱਚੇ ਕੋਲ ਬ੍ਰਿਟਿਸ਼ ਪਾਸਪੋਰਟ ਆ ਤਾਂ ਤੁਸੀਂ ਉਹਦੇ ਬੇਸ 'ਤੇ ਕੇਸ ਲਾ ਸਕਦੇ ਆ ਜੇ ਤੁਸੀਂ ਉਹਦੇ ਮੰਮੀ ਜਾਂ ਡੈਡੀ ਨਾਲ ਵਿਆਹੇ ਹੋਏ ਸਿਫਾਰਿਸ਼ ਕਰੋ ਤੁਸੀਂ ਕੱਚੇ ਆ ਤੁਹਾਡੀ ਵਾਈਫ ਬ੍ਰਿਟਿਸ਼ ਆ ਤੁਹਾਡਾ ਬੱਚਾ ਵੀ ਬ੍ਰਿਟਿਸ਼ ਹੋ ਗਿਆ ਉਹਦੇ ਬੇਸ 'ਤੇ ਤੁਸੀਂ ਕੇਸ ਲਾ ਸਕਦੇ ਆ ਅਤੇ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲੇਗਾ ਉਹ ਅਸੀਂ ਕੇਸ ਲਾ ਰਹੇ ਹਾਂ ਤਾਂ ਉਹ ਲੱਗ ਰਹੇ ਆ ਅਤੇ ਵੀਜ਼ੇ ਜਾਂ ਜਦੋਂ ਤੁਹਾਡਾ ਬੱਚਾ 7 ਸਾਲਾਂ ਦਾ ਹੋ ਗਿਆ ਅਤੇ ਬੱਚਾ ਹੁਣ ਤਾਂ ਤੁਸੀਂ ਸਾਰਾ ਫੈਮਿਲੀ ਅਸੀਂ ਕੇਸ ਲਾ ਸਕਦੇ ਹਾਂ ਜਿਹੜੇ 13 ਦਸੰਬਰ ਨੂੰ ਰੂਲਸ ਚੇਂਜ ਹੋਏ ਆ ਉਹਦੇ ਵਿੱਚ ਵੀ ਥੋੜ੍ਹੀ ਜਿਹਾ ਉਹਨਾਂ ਨੇ ਡਾਊਟ ਜਿਹਾ ਰੱਖਿਆ ਕਹਿੰਦੇ ਜੇ ਸਾਨੂੰ ਲੱਗਾ ਕਿ ਬੱਚਾ ਇੰਡੀਆ ਜਾ ਕੇ ਪਲ ਸਕਦਾ ਤਾਂ ਫਿਰ ਤੁਹਾਨੂੰ ਨਾ ਕਰ ਸਕਦੇ ਉਹਦੇ 'ਚ ਬਟ 13 ਦਸੰਬਰ ਤੋਂ ਪਹਿਲਾਂ ਰੂਲ ਡਿਫਰੈਂਟ ਸੀਗਾ ਕਹਿੰਦਾ ਕਿ ਜੇ ਬੱਚੇ ਨੂੰ 7 ਹੋ ਗਿਆ ਸਾਲ ਇੱਥੇ ਰਹਿੰਦਿਆਂ ਨੂੰ ਉਹ ਡੈਫੀਨੇਟਲੀ ਉਹਨੂੰ ਅਸੀਂ ਵੀਜ਼ਾ ਦਊਂਗੇ 2.5 ਸਾਲ ਦਾ ਸੋ ਉਹਦੇ ਵਿੱਚ 13 ਦਸੰਬਰ ਤੋਂ ਪਹਿਲਾਂ ਸਾਰੇ ਅਸੀਂ ਕੇਸ ਪਾ ਦਿੱਤੇ ਜੋ ਕਿ ਬੱਚਿਆਂ ਦੇ ਉਹ ਬੱਚਿਆਂ ਨੂੰ 2.5 ਸਾਲ ਦਾ ਮਿਲ ਜਾਣਾ ਤਾਂ ਨਵੇਂ ਰੂਲਸ ਇਹ ਕਹਿੰਦੇ ਆ ਕਿ ਜੇ ਤੁਹਾਡੇ ਕਿਸੇ ਬੱਚੇ ਨੂੰ 2.5 ਸਾਲ ਦਾ ਵੀਜ਼ਾ ਮਿਲਿਆ ਤਾਂ ਬਾਕੀ ਤੁਹਾਨੂੰ ਪੇਰੈਂਟਸ ਨੂੰ ਵੀ ਅਤੇ ਬਾਕੀ ਦੇ ਬੱਚਿਆਂ ਨੂੰ ਵੀ 2.5 ਸਾਲ ਦੇ ਵੀਜ਼ੇ ਮਿਲ ਜਾਣੇ ਆ ਸੋ ਇਹਦੇ ਵਿੱਚ ਆਹ ਚੇਂਜਸ ਹੋਈਆਂ ਕਿ ਜੇ ਤੁਹਾਡਾ ਬੱਚੇ ਨੂੰ ਇੱਥੇ 7 ਸਾਲ ਹੋ ਗਏ ਤਾਂ ਤੁਸੀਂ ਦੋਨੋਂ ਕੱਚੇ ਆ
तो तुसी बच्चे दे बेस ते केस ला सकदे हो। जे तुसी कल्ले कच्चे आ तो थोड़ा बच्चा ब्रिटिश आ उहदे बेस ते तुसी केस ला सकदे हो, उहदे विच वी तुहानू वीज़ा मिल जांदा नाले काम दी परमिशन। सो ये दो केसिस काफ़ी लग रहे हैं इस वेले। चलो जी हुण असीं अगले कॉल वाल ते देखदे कौन है लाइन ते। हैलो हेलो। हाँ जी भाई जी, मैं बर्मिंघम तो गल कर रही हूँ। हाँ जी मैं अपने भरा दे बिहाफ ते पता करना चाह रही सी। उन्होंने इंडेफिनिट अप्लाई किया है, वो एक महीने बाद उन्होंने जो है वो जवाब आया उन्होंने लैटर का। उन्होंने एनओसी आई डोंट नो सानू जो है वकील दे थ्रू पता लगा है कि वो एनओसी मांग रहे हैं वाइफ की और जिस मकान च रह रहे उन्होंने एंड वाइफ का फोटो एंड सिग्नेचर हुए हुए और एक चीज उन्होंने और मंगी सी और अपील दा उन्होंने कह दिता है मेरे भाई नू। तो जैसे पूछना सी कि एनओसी आया कोई ए नहीं कदो किथो केस लाया, एथे केस लाया तुसी? जी एथे इनडेफिनेटली अप्लाई कर रहा सी मैरिज दे बेस ते। जी मैरिज बेस ते ते हुन अपील ते चला गया तो कितने टाइम बाद जवाब आएगा? वैसे उन्होंने लैटर आ गया कि चीजा सानू रिसीव हो गया वाले? नहीं भैन जी उन्होंने रिफ्यूज किया हो ना? अंग्रेजी बोल ही लेने ना का मतलब की हुंदा रिफ्यूज ही हुंदा ना मना रिफ्यूज का मतलब होंदा मना करना चलो फिर भी अपील जा सकते हैं पर सब थोड़ा खर्चा वादू का होना तरीक आनी हम तरीक आनी जज फैसला करूगा उस तो बाद जवाब आएगा। ये तो हले तीन चार महीने लग जाने थोड़े पर तुसी अपना वकील थ्रू भेजा सी इन्होंने अपना? हाँ जी फिर सेकंड टाइम वकील दे थ्रू भेजा, फर्स्ट टाइम उन्हें खुद ही करवा दिता सी। राइट सेकंड टाइम मतलब अपील कीती वकील थ्रू? हाँ जी वकील अपील पहला अप्लाई नहीं कीता वकील थ्रू? चलो कोई गल नहीं, अपील ते जान तो अपने सारे कागज दिखान होपफुली ठीक हो जाना चाहिए। थैंक यू वेरी मच सर। जो भी एप्लीकेशन भेजी दी तैयारी संभाल के भेजी दी नहीं तो आ काम होंगे फिर अपील जाना पैंदा बाद च ते फिर औखा हो जाता काम फैमिली कोर्ट जाते फिरूंगे थोड़े प्लैना क्या खराब होनी है की पता थानू की होगा कोर्ट की नहीं। सो पहला ही तुम माड़ा मोटा सलाह ले लिया करो वधिया रहोगे। चलो फिलहाल तो मैं भी अपील करके आना तो मिलता सानू ब्रेक तो बाद। वेलकम टू द शो। पहला तो कॉल तो जहाँ तो पहला बिग हैलो सत श्रीकाल टू अमर दुलाए हु इज वॉचिंग द शो। सो थानू मेरे वालों बिग बिग सत श्रीकाल वॉचिंग द शो। मैसेज मी ऑन फेसबुक ये तुम भी को मैसेज कराना चाहते जस्ट टैक्सट मी ट्वीट मी और जस्ट सैम फेसबुक मैसेज तुम कर सकते हैं जी। तुम बैक इशूज़ देखने ऑफ लीगल सल्यूशन तुम यूट्यूब पर जा सकते हैं उत्थे अकाउंट्स बने आई डोंट अपलोड दम बट साडा एक सज्जन अपलोड्स दम उत्थे अकाउंट्स बने लीगल सल्यूशन UK टाइप दैट इन यू कैन सबसक्राइब टू इट एंड ऑटोमैटिकली जो पास्ट वीडियोज़ या लेटेस्ट वीडियो आ गए थानू बाई ईमेल आ जाते होंगे कि जी और जो कई बार नहीं कोई देख सकता टीवी कहीं को स्काई नहीं है तो नहीं देख सकते वो इंटरनेट राही देख रहे हैं। आओ दैट्स अनदर थिंग जिन्हें भी साढ़े कैनेडा ऑस्ट्रेलिया विच इंडिया विच व्यूअर्स है इस वेले अमरीका च उन्होंने मेरे वालों सत श्री अकाल थैंक यू फॉर वॉचिंग। तुसी इन्ने दूर तो देखते हैं तो तुसी शो पसंद करते हैं बहुत बहुत थोड़ा धन्यवाद। वेरी हम्बल्ड वेरी अमेज्ड मैंने कई मैसेज आते कि भाजी वी वॉच योर शो इन कैनेडा वी नैवर मिस इट।
I'm like, really? What, in Canada? And they're like, yeah, Paji, to see Canada. We shuru karo show. I'm like, hell, later. Ahi chalai yanne, prava. The masi honda sa to khich tu ke. So, or the which to see kasa de. Or you can join the Facebook page, Legal Solutions of Facebook page banaya. ਉੱਥੇ ਤੁਸੀਂ ਲਾਈਕ ਪ੍ਰੈਸ ਕਰਕੇ ਆਟੋਮੈਟਿਕਲੀ ਤੁਹਾਨੂੰ ਅਪਡੇਟਸ ਆਉਂਦੇ ਰਹੂਗੇ ਐਂਡ ਲੇਟੈਸਟ ਖਬਰਾਂ ਵੀ ਉੱਥੇ ਪਾਉਂਦਾ ਰਹਿੰਦਾ ਹੁੰਦਾ ਇਮੀਗ੍ਰੇਸ਼ਨ ਦੀਆਂ ਜੋ ਚੇਂਜਸ ਹੁੰਦੇ ਆ ਚਲੋ ਹੁਣ ਅਸੀਂ ਕਾਲ ਤਾਂ ਦੇਖਦੇ ਕੌਣ ਹੈ ਲਾਈਨ 'ਤੇ ਹੈਲੋ 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 ਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਪੁੱਛਣਾ ਚਾਹੁੰਦਾ ਸੀ ਮੇਰੀ ਵਾਈਫ ਦੇ ਕੋਲ ਨਾ ਪੀ ਐਸ ਡਬਲਯੂ ਆ ਵੀਜ਼ਾ ਵਾ ਹਾਂਜੀ ਹਾਂਜੀ ਪਰ ਮੇਰਾ ਇੱਥੇ ਸਟੇਟਸ ਨਹੀਂ ਹੈਗਾ ਰਾਈਟ ਤੇ ਮੇਰੇ ਨਾ ਬੇਬੀ ਬੇਬੀ ਵਾਈਫ ਦੇ ਬੇਬੀ ਹੋਇਆ ਸੀਗਾ ਤਕਰੀਬਨ 3-4 ਮੰਥ ਦਾ ਹੋ ਗਿਆ ਵਾ ਠੀਕ ਹੈ ਜੀ ਹਾਂਜੀ ਤੇ ਅਸੀਂ ਉਹਦਾ ਇੰਡੀਅਨ ਪਾਸਪੋਰਟ ਬਣਾ ਲਿਆ ਸੀਗਾ ਹਾਂਜੀ ਮੈਂ ਪੁੱਛਣਾ ਚਾਹੁੰਦਾ ਸੀ ਉਹਦੇ ਵੀਜ਼ਾ ਲੱਗ ਸਕਦਾ ਹਾਂ ਬੇਬੀ ਦੇ ਤਾਂ ਲੱਗ ਜਾਏਗਾ ਜੀ ਬੇਬੀ ਹਾਂਜੀ ਬੇਬੀ ਦੇ ਹਾਂ ਬੇਬੀ ਦਾ ਲੱਗ ਜਾਏਗਾ ਲੇਕਿਨ ਜਿਹੜਾ ਪਾਸਪੋਰਟ ਸੀ ਬਣਾਇਆ ਸੀ ਉਹ ਤੇ ਮੇਰਾ ਨਾਂ ਹੈਗਾ ਉਹ ਕੋਈ ਪ੍ਰੋਬਲਮ ਤਾਂ ਨਹੀਂ ਪਊਗੀ ਨਹੀਂ ਉਹਦੇ ਚ ਕੋਈ ਪ੍ਰੋਬਲਮ ਨਹੀਂ ਪੈਣੀ ਉਹ ਚ ਕੋਈ ਪ੍ਰੋਬਲਮ ਨਹੀਂ ਪੈਣੀ ਨਹੀਂ ਓਕੇ ਠੀਕ ਹੈ ਅਸੀਂ ਵੀ ਉਹ ਫਾਰਮ ਭੇਜ ਸਕਦੇ ਹਾਂ ਬਿਲਕੁਲ ਭੇਜ ਸਕਦੇ ਹਾਂ ਚਲੋ ਠੀਕ ਉਹਦੇ ਵਿੱਚ ਇੱਕ ਇੱਕ ਆਪਸ਼ਨ ਆਉਂਦੀ ਆ ਉਹਦੇ ਵਿੱਚ ਮੇਰਾ ਉਹਨਾਂ ਨੇ ਪੁੱਛਿਆ ਹੋਇਆ ਵਾ ਵੀ ਉਹਦੇ ਉੱਥੇ ਵਿੱਚ ਕੀ ਭਰ ਸਕਦੇ ਅਸੀਂ ਉਹਦੇ ਸੱਚਾ ਦੱਸਦੇ ਆ ਆਪਣਾ ਕਿ ਮੇਰਾ ਆ ਨਾ ਹੋਇਆ ਮੇਰਾ ਡੇਟ ਆਫ ਬਰਥ ਆ ਵੀ ਜੋ ਕੁਝ ਸੱਚ ਦੱਸਦੀ ਐ ਹਾਂਜੀ ਬਿਲਕੁਲ ਸੱਚ ਦੱਸ ਦਿਓ ਵੀ ਜਿੰਨਾ ਮੇਰੇ ਵਾਈਫ ਕੋ ਵੀਜ਼ਾ ਉਹਨਾਂ ਲੱਗ ਜਾਏਗਾ ਬੱਚੇ ਦੇ ਬਿਲਕੁਲ ਐਵੇਂ ਨਾ ਕਿਸੇ ਹੋਰ ਦਾ ਨਾਂ ਭਰ ਦੇ ਨਹੀਂ 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 ਆਪਣੇ ਪਰ ਹਾਂ ਹਾਂ ਜੇ ਸੱਚਾ ਆ ਤਾਂ ਸੱਚਾ ਹੀ ਰੱਖੀ ਨਹੀਂ ਨਹੀਂ ਉਹਦਾ ਸਾਰਾ ਕੁਝ ਸੱਚ ਐ ਜੋ ਕੁਝ ਨਹੀਂ ਮੇਰਾ ਮਤਲਬ ਉਹ ਨਾ ਸੋਹਣ ਬਣ ਜਾਈ ਉਹਦੇ ਹੋਰ ਕੋਈ ਨਾਂ ਨਾ ਲਿਖਦੀ ਸਹੀ ਆਪਣਾ ਲਿਖ ਉਹਦੇ ਚ ਕੋਈ ਪ੍ਰੋਬਲਮ ਨਹੀਂ ਅੱਛਾ ਲੱਗ ਜਾਏਗਾ ਵੀਜ਼ਾ ਬਿਲਕੁਲ ਲੱਗ ਜਾਏਗਾ ਕੋਈ ਤੁਹਾਨੂੰ ਘਬਰਾਉਣ ਵਾਲੀ ਗੱਲ ਨਹੀਂ ਓ ਥੈਂਕ ਯੂ ਭਾਜੀ ਪੀਬੀਐਸ ਡਿਪੈਂਡੈਂਟ ਫਾਰਮ ਹੁੰਦਾ ਹੈ ਉਹ ਭਰ ਕੇ ਭੇਜ ਦਿਓ ਠੀਕ ਹੈ ਵੀਜ਼ਾ ਲੱਗ ਜਾਣਾ ਬੱਚੇ ਦੇ ਥੈਂਕ ਯੂ ਭਾਜੀ ਓਕੇ ਵੀਰੇ ਨੋ ਪ੍ਰੋਬਲਮ ਓਕੇ ਜੀ ਤੇ ਕਈ ਵਾਰੇ ਦੇਖੋ ਤੁਹਾਨੂੰ ਸਲਾਹ ਇਦਾਂ ਦੀ ਮਿਲਦੀ ਹੈ ਬੰਦੇ ਪੁੱਠੇ ਮਿਲਦੇ ਆ ਨਾ ਉਹ ਤੁਹਾਨੂੰ ਪੁੱਠੀ ਸਲਾਹ ਦੱਸੋ ਤੇ ਮੁਰਦਾ ਬੋਲੂ ਕੱਫਣ ਪਾੜੂ ਕਹਿੰਦੇ ਹੁੰਦੇ ਕਿ ਉਹਦੇ ਵਿੱਚ ਪੁੱਠੀ ਸਲਾਹ ਦਿੰਦੇ ਇੱਕ ਵਾਰੀ ਮੈਨੂੰ ਚੇਤਾ ਸ਼ੋਅ ਤੇ ਕਿਸੇ ਨੇ ਕਹਿਤਾ ਸੀ ਕਿਸੇ ਨੇ ਮੈਨੂੰ ਸਲਾਹ ਦਿੱਤੀ ਸੀ ਕਿਸੇ ਬੀਬੀ ਨੇ ਕਿਹਾ ਸੀ ਕਿ ਤੂੰ ਕਿਸੇ ਬ੍ਰਿਟਿਸ਼ ਬੰਦੇ ਦਾ ਨਾਂ ਭਰ ਦੇ ਕਹਿੰਦੀ ਮੈਂ ਭਰ ਦਿੱਤਾ ਪਤਾ ਨਹੀਂ ਕੋਈ ਟੋਨੀ ਸਮਿਥ ਕੋਈ ਟੋਨ ਮੈਂ ਕਿਹਾ ਟੋਨੀ ਬਲੇਅਰ ਭਰ ਦੇਣਾ ਸੀਗਾ ਟੋਨੀ ਸਮਿਥ ਤੇ ਕਾਹਨੂੰ ਅਟਕੀ ਫਿਰ ਤੂੰ ਫਿਰ ਤੂੰ ਉੱਚੀ ਛਾਲ ਮਾਰੋ ਇਹਦੇ 'ਚ ਕਾਹਦੀ ਗੱਲ ਟੋਨੀ ਬਲੇਅਰ ਭਰ ਦੇਣਾ ਸੀ ਬਾਅਦ ਕੇਸ ਕਰ ਦੇਣਾ ਸੀ ਕਿ ਇੰਡੀਆ 'ਤੇ ਇੱਦਾਂ ਹੋ ਜਾਣਾ ਸੀਗਾ ਕੇਸ ਹੋ ਜਾਣਾ ਸੀ ਟੋਨੀ ਬਲੇਅਰ ਦੇ ਖਿਲਾਫ਼ ਪ੍ਰੈਸ ਵਾਲੇ ਇਕੱਠੇ ਕਰਕੇ ਬਟ ਇਹਦੇ ਵਿੱਚ ਇਹ ਜੋ ਸੱਚਾਈ ਆ ਉਹੀ ਰੱਖੋ ਖਾਸ ਤੌਰ 'ਤੇ ਬੱਚਿਆਂ ਦੇ ਬਰਥ ਸਰਟੀਫਿਕੇਟਾਂ 'ਤੇ ਅਤੇ ਇਹਦੇ ਵਿੱਚ ਤੁਹਾਨੂੰ ਕੋਈ ਝੂਠ ਬੋਲਣ ਦੀ ਲੋੜ ਨਹੀਂ ਇਹਦੇ 'ਚ ਕੋਈ ਰਿਕੁਆਇਰਮੈਂਟਸ ਨਹੀਂ ਹੁੰਦੇ ਕਿ ਜੀ ਜੋ ਪੇ ਹੋਵੇ ਬੱਚੇ ਦਾ ਜਾਂ ਮਾਂ ਹੋਵੇ ਉਹ ਪੱਕੇ ਹੋਣ ਜਾਂ ਕੀ ਹੋਣ ਆਪਣਾ ਤੁਸੀਂ ਜਦੋਂ ਰਜਿਸਟਰ ਕਰਨ ਜਾਣਾ ਤੁਹਾਡੇ ਪਾਸਪੋਰਟਸ ਦਾ ਵਗੈਰਾ ਮੰਗਦੇ ਨਹੀਂ ਉਹ ਤਾਂ ਸਿਰਫ ਤੁਹਾਨੂੰ ਨਾਂ ਮੰਗਦੇ ਆ ਬੱਚੇ ਦਾ ਅਤੇ ਮਾਪੇ ਦਾ ਨਾਂ ਮੰਗਦੇ ਆ ਅਸੀਂ ਵੀ ਕਰਾ ਕੇ ਆਏ ਹੁਣ ਮੈਂ ਵੀ ਪਹਿਲੀ ਵਾਰੀ ਕਰਾ ਗਿਆ ਮੇਰੇ ਤੋਂ ਤਾਂ ਪਾਸਪੋਰਟ ਵਗੈਰਾ ਮੰਗਿਆ ਨਹੀਂ ਨਾ ਹੀ ਕਿਸੇ ਤੋਂ ਮੰਗਦੇ ਆ ਸੋ ਇਹਦੇ ਵਿੱਚ ਇਹ ਨਾ ਘਬਰਾ ਕੇ ਐਵੇਂ ਕਿਸੇ ਹੋਰ ਡਿਟੇਲ ਦੇ ਦਿਓ ਜਾਂ ਦੇ ਦਿਓ ਐਵੇਂ ਉਹੀ ਕਿ ਸੁਖਵਿੰਦਰ ਦੇ ਸਹੁੰ ਥੈਂ ਲਿਖ ਦਿਓ ਸੰਤਾ ਸਿੰਘ ਉਹ ਵਿਚਾਰੇ ਲੱਭੀ ਜਾਣਗੇ ਉਹ ਸੰਤਾ ਤਾਂ ਸਾਨੂੰ ਲੱਭਿਆ ਨਹੀਂ ਉਹ ਜੀ ਉਹ ਬਸ ਕ੍ਰਿਸਮਸ ਵਾਲੇ ਦਿਨ ਹੁੰਦਾ ਹੁੰਦਾ ਸੰਤਾ ਹਾਂਜੀ ਉਹ ਆਉਂਦਾ ਹੁੰਦਾ ਉਹਦੇ ਵਿੱਚ ਆਪਣਾ ਜੋ ਸਹੀ ਆ ਮੇਰੇ ਭੈਣਾਂ ਉਹ ਤਵੀਰੋ ਆਪਣਾ ਸਹੀ ਕਰੋ ਬੱਚੇ 'ਤੇ ਕਿਉਂ ਜ਼ੁਲਮ ਕਰਦੇ ਹਾਂ ਵਿਚਾਰੇ 'ਤੇ ਅਤੇ ਜਿਹੜਾ ਜੰਮਦੇ ਦਾ ਉਹ ਪੇ ਦਾ ਨੂੰ ਹੀ ਬਦਲਾਉਣਾ ਜਾਂ ਲਿਖਣਾ ਹੀ ਨਹੀਂ ਐਸੀ ਵਮਰਸ ਕਈ ਤਾਂ ਲਿਖਦੀਆਂ ਹੀ ਨਹੀਂ ਉਹ ਤਾਂ ਲਿਖ ਦਿੰਦੇ ਬਲੈਂਕ ਖਾਲੀ ਉਹ ਫਿਰ ਪੁੱਛਦੇ ਕਿ ਆਹ ਹਵਾ 'ਚੋਂ ਆਇਆ ਜਿਹੜਾ ਆ ਅਤੇ ਉਹ ਕਿਸੇ ਦਾ ਤਾਂ ਯੋਗਦਾਨ ਹੋਊਗਾ ਹੀ ਬੱਚੇ 'ਚ ਅਤੇ ਉਹਦੇ ਵਿੱਚ ਪਲੀਜ਼ ਲਿਖ ਲਿਆ ਕਰੋ ਨਾ ਮਾਂ ਪੇ ਦਾ ਸਹੀ ਜੋ ਹੈਗਾ ਉਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਚਲੋ ਜੀ ਹੁਣ ਅਸੀਂ ਅਗਲੇ ਕਾਲ ਨਾਲ ਤਾਂ ਦੇਖ ਕੌਣ ਹੈ ਲਾਈਨ 'ਤੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੈਂ ਇੱਕ ਪੁੱਛਣਾ ਹੈਗਾ ਜੀ ਪੁੱਛੋ ਜੀ ਪੁੱਛੋ ਹਾਂਜੀ ਭਾਅ ਜੀ ਇੱਦਾਂ ਹੀ ਕਿਹਾ ਤਾਂ ਮੈਂ ਕੇਸ ਲਾਇਆ ਜੀ ਆਪਣਾ 14 ਸਾਲ ਵਾਲੇ 'ਚ ਠੀਕ ਹੈ ਹਾਂਜੀ ਅਤੇ ਉਹ ਨਾ 1.5 ਸਾਲ ਹੋ ਗਿਆ ਕੇਸ ਲੱਗੇ ਨੂੰ ਅਤੇ ਉਹਦਾ ਕੋਈ ਹਲੇ ਜਵਾਬ ਨਹੀਂ ਆਇਆ ਇੱਕ ਚਿੱਠੀ ਜ਼ਰੂਰ ਆਈ ਜਦੋਂ ਮੈਂ ਸ਼ੁਰੂ ਦੇ ਵਿੱਚ ਕੇਸ ਲਾਇਆ ਸੀ ਨਾ 2 ਹਫ਼ਤਿਆਂ ਬਾਅਦ ਚਿੱਠੀ ਆ ਗਈ ਜੀ ਠੀਕ ਹੈ ਜੀ ਅਤੇ 1.5 ਸਾਲ ਪੌਂ 2 ਸਾਲ ਹੋ ਗਏ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਕੋਈ ਹੈਗੇ ਚਾਂਸ ਭਾਈ ਇਹ ਚਾਂਸ ਹੈਗੇ ਆ ਤੁਸੀਂ ਵੇਟ ਕਰੋ 14 ਸਾਲ ਹੋ ਗਏ ਤੁਹਾਨੂੰ ਆਏ ਨੂੰ ਮੈਨੂੰ ਭਾਅ ਜੀ ਕੀ ਗੱਲ ਇਨਫੋਰਮਾ ਫਾਰਮ ਲੱਗ ਗਿਆ ਓਕੇ ਤਾਂ ਫਿਰ ਤਾਂ ਤੁਸੀਂ ਆਸ ਕਰੋ ਕਿ ਨਾ ਹੀ ਆਵੇ ਫਿਰ ਹਜੇ ਜਵਾਬ ਫਿਰ ਤਾਂ ਤੁਸੀਂ ਆਸ ਕਰੋ ਕਿ ਹਲੇ ਨਾ ਹੀ ਆਵੇ ਜਵਾਬ ਕਿ 14 ਪੂਰੇ ਹੋਏ ਤੇ ਹੁੰਦੇ ਆ 14 ਤੇਰੇ 14 ਤਾਂ ਹੋਏ ਨਹੀਂ ਸੀ ਹਾਂ ਇਹਦਾ ਮਤਲਬ ਕਦੇ ਵੀ ਰਿਫਿਊਜ਼ ਹੋ ਸਕਦਾ ਤਾਂ ਹਲੇ ਸ਼ੁਕਰ ਕਰਕੇ ਆਇਆ ਨਹੀਂ ਮੇਰਾ ਵੀਰ ਅੱਛਾ ਠੀਕ ਹੈ ਜੀ ਭਾਅ ਜੀ ਇੱਕ ਗੱਲ ਹੋਰ ਪੁੱਛਣੀ ਆ ਜਿਹੜਾ ਕਰੋਲਾ ਜਿਹਾ ਬਹੁਤ ਪੈਣ ਦਿਆ ਆ ਹਾਂਜੀ ਕੀ ਨਾਮ ਦੇ ਕੀ ਇਹਨਾਂ ਨੇ ਕਿਹਾ ਵੀ ਇਹ ਜਿਹੜੇ 3,27,000 ਕੇਸ ਹੈ ਨਾ ਕੁਝ ਜਮ੍ਹਾਂ ਆ ਵੀ ਇਹਨਾਂ ਨੇ ਕੀ ਨਾਮ ਦੇ ਵੀ ਪ੍ਰਧਾਨ ਮੰਤਰੀ ਨੇ ਕਿਹਾ ਇੱਥੋਂ ਦਿਆਂ ਨੇ ਵੀ ਇਹ ਤਿਆਰ ਕਰ ਇਹਨਾਂ ਨੂੰ ਕਰ ਦਿਓ ਫਿਰ ਪਾਸੇ ਲਾ ਦਿਓ ਟਿਕਾਣੇ ਕੋਈ ਹੈ ਗੱਲ ਸੱਚੀ ਹੈ ਉਦਾਂ ਥੋੜਾ ਹੈ ਪਹਿਲੀ ਤਾਂ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਨੇ ਤਾਂ ਕਦੇ ਕਿਹਾ ਹੀ ਨਹੀਂ ਹੈ ਹਾਂਜੀ ਹਾਂਜੀ ਦੂਜੀ ਗੱਲ ਇਹ ਰੌਲਾ ਪਾ ਕੌਣ ਰਿਹਾ ਕਿਸੇ ਮੰਤਰੀ ਨੇ ਨਹੀਂ ਕਿਹਾ ਇਹ ਤਾਂ ਆਪਣੇ ਲੋਕ ਹੀ ਰੌਲਾ ਪਾ ਰਹੇ ਆ
हाँ जी पहले तो जेडे कह रहे अद्धे तो ही कच्चे आ बाकी जेडे कह रहे आ ओ पैसे भालदे कच्चियां तो कि जी कोई गल नहीं। हाँ कई वकील भी गलत कह रहे आ पर सारे इदा कह रहे जी कि रौला पै रहा गल हो रही है अजे तक कोई भी बयान नहीं आया किसी भी गौरमेंट मिनिस्टर का किसी भी प्रधानमंत्री का कि जी ऐसी है बंदे पक्के करने कोई भी नहीं आया समा उल्टे बयान आए हैं जी कि असं इन्हों केस तो देखांगे केस बाई केस बेसिस जिन्हों का बनता हुआ दे देंगे जिन्हों का नहीं उन्होंने कढ़ांगे आया ऑफिशियल जो है जा मैं कोई दिखा दे जी कि किसी का बयान आया अब तक कोई नहीं दिखा सकता ये तो कोलों ही गल्लां भाजी बनाई जाते हैं अज दे थोड़ी बनाते हैं जिस दिन के तुम इस मुल्क आए हैं मेरा ख्याल उस दिन हरेक साल कोई ना कोई कहता पक्के कर देने जी इस साल कर देने जी इस साल कर देने जी इस साल दस बारह साल तो मैनू हो गए देखद तो जी जब तक प्रधानमंत्री आ जरा इमीग्रेसन का मिनिस्टर कोई बयान नहीं दिता जो यूके बी एस वैबसाइट पर बयान नहीं आता जब तक तो एवं रौला ही है जी ये कोई जो तुम गल कही सचमुच यही है रौला होर कोई हाँ ये आया जी एस आसते ना रहो हाँ जो गौरमेंट का तुम देख ही रहे रवैया कि सख्त आ ढिल वाला तो लगता नहीं मेरा भीर है ओके जी ओके थैंक यू जी थैंक यू पहला तो जी जे लोग कहें जी कि लोग कहें एक कहें कि मैंने पहला हाँ दिखा लो किड़े कहें कि अकल वाला कहता कोई क्वालिफिकेशन वाला कहता जिन थानू वीजा देना वह तो कह नहीं रहा यह तो वह गल हो गई कि जी और सुपर मार्केट जी सारी शराब सस्ती लाई लगी दो पाउंड दे मैं कह देव जो सुपर मार्केट वाले ने लाई नहीं तो कह नहीं रहा तो तुम जाके शराब चक ली तो उन्हें करो जी सानू तो अस तो सुने प्रकाशो कहती सी कि दो पाउंड लगी ग्रोस की बोतल तो प्रकाशो उन्होंने थोड़ी थोड़ा बोतल देनी है जो थानू सस्ती चीज थोड़ी देनी है ये तो तुम अपने आप में जब तक कोई यूके बी ए नहीं आता जब तक कुछ आता नहीं तो जी वकीलों ने पता की किया खास तौर पर बाकी चैनलों पर तो आते मैं देखा उन्होंने तो उन्होंने तो यह जो चैनल बने आ बहुत वधिया सोर्स ऑफ इनकम बनी वह तो शीसा देंदे स चैनलों उन्हें करके थोड़े वर्गियां उल्लू बनाते हो उल्लू गलत इनफॉर्मेशन फीड के कोई गल भी थानू पक्की गरंटी ना नहीं कहोगे थोड़ी पूरी गल नहीं करूंगे थोड़े ना थोड़ी दो लाइन सुन के थोड़ी कॉल कट दूंगे ता कि तुम मुड़ के जवाब ना पुछ सको वो अपना जवाब देंगे अखीर गल कहते जी दफ्तर आओ तो कोई जा कोई वधिया वकील में जाके मिलो आ गल करो ये कादी गल हुई फिर वह कहते जी असी फ्री नंबर लाया फिर फ्री ता ही लाया कि तुम आमदनी बनाई तो लोगों को सद सद के झूठी खबर दे के गल ये होंगी है कि तुम सही सलाह दो किसी को गलत राहे ना पाओ तो बाकी मैं दिखा दौ कि मिनिस्टर ने कहा कोई भी बंदा दिखा दो मैं कहना ठीक है मैं 50 पाउंड दूँ जो नहीं मैं 100 लाऊँ आ भी ठीक है इदा होंगी ना बंद वाली गल तो यह होंगी है तो ये हम सारे कहना नहीं भाजी कितने नहीं लिखे कि मैं पता असी रोज़ खबर पढ़ी दें मिनिस्टर ना गल्लां करी दे सी सो उहदे विच असी फोटो खिचा के तो नहीं आई रही जिदे बाकी लोग खिचा देंदे आ असी जाके बह के गल करी दी आ तो जे सानू असी बीबीसी ते जाके तो मैं खुद शो करदा तो मैनू जे खबर आई होंदी बीबीसी वाले पहले आप ना मैनू दसदे इहदे विच कोई खबर नहीं आई लोग पता की कर रहे आ तुहानू गुमराह कर रहे आ तुहानू गलत आस दे रहे आ सो इज़ राइट हैव द राइट आस बट गलत आस तुहानू दे रहे आ कि वो थानू कह रहा जी कि नहीं ता कि थोड़े तो पैसे लै सकन सिर्फ थोड़ी उम्मीदा ना खिलवाड़ कर रहे गल मुकदी पैसे तो आनी है कि उन्होंने पैसे लैने आ एक भुख नहीं मिटनी भावें तुम वकील बन जाओ भावें तुम राजे बनो नसल नहीं साढ़े अपने बंद की बदली मैं देखा तो ऐसी पता क्यों आ मैं ये नहीं कहता कि जी मैं बड़ा रजिया वधिया ठीक है टब्बर तो हाँ जिहड़े साडे टब्बर नूं जाणदे ओह जाणदे आ कि असीं किद्दां दे टब्बर तो साडी जरूरतां कम आ मैनू कोई जरूरत बाली नहीं लोड़ नहीं मैनू जो रब ने दिता और ना मैं खुश हाँ मैं कोई मैल नहीं पाने लोगों के आसुआ तो लोगों के भावनावान खेल के मैं पैसे नहीं बनाने वो मैं ना ही मैं चाहिए आ ना मैं लोड़ आ मैं रब न जाके मूँह दिखाना तो मैं चाहना कि रब न थोड़े अखा चखा च पा के देखिए ना कि इदा नीवी पा के गाल ही सुनीए तो ज पहला तो जमराज में मिलना पैना उत्थे ही बस हो जानी सो ये नहीं जिन्हें सिंगम फिल्म कहते होंगे सिंगम फिल्म देखी होगी और कहता कहता मेरी जरूरत कम है इसलिए मेरे जमीर च दम है सो जिन्हों की जरूरत कम है वह बंदे दम होंदा है वो कर सकता तो वह बंदा तुसी करप्ट भी नहीं कर सकते उन्होंने लोभ नहीं किसी चीज़ का पैसे का लोभ नहीं औरत का लोभ नहीं माया का लोभ नहीं चीज़ों का लोभ नहीं वह बंदा ईमानदार बन सकता है तो उन्होंने बाकी दुनिया हेट करती है क्योंकि उन्होंने को करप्टबल नहीं है सो ये जो तुम करना आप पढ़े मैं आ नहीं समझ आती आप अद्धे पढ़े लिखे हो थानू इंटरनेट पर तुम जा ही सकते हैं देख सकते हैं मैं कह रहा थानू कोई खबर दे रहा कोई जी मैं स्पैशल आई आ मैं कैमरन उन्होंने सवेरे फोन किया कि हरजा भा दस दी कॉलर अज
ਉਹੀ ਜੇ ਇੰਟਰਨੈਟ 'ਤੇ ਆ ਰਹੀ ਆ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਖਬਰ ਆਉਂਦੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦਾ ਮਤਲਬ ਕਾਨੂੰਨ 'ਚ ਕੀ ਹੁੰਦਾ ਟਰਾਂਸਲੇਟ ਕਰਕੇ ਕਿਉਂ ਇਹੀ ਸਾਡੀ ਪੜ੍ਹਾਈ ਹੁੰਦੀ ਆ ਚਲੋ ਜੀ ਹੁਣ ਅਖੀਰਲੇ ਕਾਲਰ 'ਚ ਜਾਂਦੇ ਹਾਂ ਅਤੇ ਦੇਖਦੇ ਕੌਣ ਹੈ ਲਾਈਨ 'ਤੇ ਹੈਲੋ ਹੈਲੋ ਜੀ जो बच्चा सत्तां दा हो जाएगा ना फिर केस पा दें जो पूरे हो जाएगा सत्त ਫੇਰ ਪਾਜਨ ਤੇ ਫੇਰ ਕੰਮ ਹੋ ਜੇ ਬੱਚਾ ਇੱਥੇ ਪੈਦਾ ਹੋਇਆ ਇੱਥੇ ਦਾ ਆ ਪੁੱਤ ਫੇਰ ਤਾਂ ਨੋ ਪ੍ਰੋਬਲਮ ਜੀ ਫੇਰ ਤਾਂ ਉਹਨਾਂ ਕੋਲ ਜਦੋਂ ਸੱਤਾਂ ਦਾ ਹੋਊਗਾ ਇਸ ਮਹੀਨੇ 9 ਤਰੀਕ ਤੋਂ ਲੱਗਾ ਸੱਤਵਾਂ ਜਦੋਂ ਸੱਤ ਪੂਰੇ ਹੋ ਜੂਗੇ ਨਾ ਠੀਕ ਹੈ ਪੁੱਤ ਨਾਲ ਉਹਦਾ ਬਰਥਡੇ ਮਨਾਉਣ ਉਸ ਦਿਨ ਦੂਜੇ ਦਿਨ ਕੇਸ ਲਾ ਦੋ ਠੀਕ ਹੈ ਠੀਕ ਹੈ ਜੀ ਨਾਲੇ ਕੇਕ ਲੈ ਆਉਣ ਅਸੀਂ ਵੀ ਖਾਵਾਂਗੇ ਮੇਰੇ ਕੋਲੇ ਆਉਣਗੇ ਨੋ ਪ੍ਰੋਬਲਮ ਹਾਂ ਬੇਟੀ ਠੀਕ ਹੈ ਹਾਂ ਜੀ ਬਿਲਕੁਲ ਠੀਕ ਹੈ ਜੀ ਦੇਖ ਲਈ ਚਲੋ ਜੀ ਮੇਰਾ ਤਾਂ ਚਾਅ ਜਿਹਾ ਲਈ ਜਾਂਦਾ ਨਾਲ ਦੀ ਨਾਲ ਡੈਡੀ ਦਾ ਤੇ ਗੱਲ ਹੀ ਤੇ ਬੜਾ ਪਹਿਲਾਂ ਚਾਅ ਸੀ ਹੁਣ ਤਾਂ ਜੀ ਬੱਚੇ ਹੁਣ ਮਾੜੇ ਮੋਟੇ ਬਾਅਦ ਜੀ ਚਲੋ ਜੀ ਚੱਕੋ ਜੀ ਖੇਲੋ ਅਤੇ ਚਲੋ ਸੂਫਾ ਆਫ ਲਾਈਫ ਅੱਗੇ ਮੈਂ ਟਿਚਰਾ ਕਰਦਾ ਹੁੰਦਾ ਸੀ ਅਤੇ ਜ਼ਿੰਦਗੀ 'ਚ ਦੇਖੋ ਕਿੱਦਾਂ ਬਦਲਦੀ ਰਹਿੰਦੀ ਹੈ ਕਿ ਚੇਂਜ ਦਾ ਮਤਲਬ ਮੈਂ ਵੀ ਦੇਖੋ ਮੈਂ ਪਹਿਲਾਂ ਜੋ ਮੈਂ 21 ਸਾਲਾਂ ਦਾ ਸੀ ਜੋ ਮੈਂ 25 ਸਾਲਾਂ ਦਾ ਸੀ ਜੋ ਮੈਂ 30 ਦਾ ਸੀਗਾ ਜੋ ਮੈਂ 35 ਸੀਗਾ ਮੈਂ ਬਦਲਦਾ ਜਾ ਰਿਹਾ ਜਿਸ ਤਰ੍ਹਾਂ ਲਾਈਫ ਚੱਲਦੀ ਹੈ ਅਤੇ ਮੈਨੂੰ ਇਹਦੇ 'ਚ ਕੋਈ ਸ਼ਰਮ ਨਹੀਂ ਹੈ ਕਹਿਣ 'ਚ ਜਾਂ ਕੋਈ ਹਿਚਕ ਨਹੀਂ ਹੈ ਝਿਜਕ ਨਹੀਂ ਹੈ ਇਸ ਗੱਲ 'ਚ ਕਹਿਣ ਕਿ ਜੀ ਕਿ ਮੈਂ ਬਦਲਦਾ ਮੈਂ ਆਪਣੇ ਵਿਚਾਰ ਬਹੁਤ ਚੀਜ਼ਾਂ ਬਾਰੇ ਬਦਲੇ ਜਦੋਂ ਮੈਂ 21 ਦਾ ਹੁੰਦਾ ਸੀ ਮੈਂ ਬਹੁਤ ਸਟ੍ਰਿਕਟ ਹੁੰਦਾ ਸੀ ਕਟਰ ਹੁੰਦਾ ਸੀ ਜਦੋਂ ਮੈਂ 25 ਸੀ ਮੇਰੇ ਵਿਚਾਰ ਹੋਰ ਸੀ ਜੋ ਮੈਂ 30 ਸੀ ਮੇਰੇ ਵਿਚਾਰ ਹੋਰ ਸੀ ਪਿਛਲੇ ਸਾਲ ਮੇਰੇ ਵਿਚਾਰ ਹੋਰ ਸੀ ਇਸ ਸਾਲ ਮੇਰੇ ਵਿਚਾਰ ਹੋ ਰਿਹਾ ਤਾਂ ਅਗਲੇ ਸਾਲ ਮੇਰੇ ਵਿਚਾਰ ਹੋ ਗਏ ਜਿੱਦਾਂ ਦਾ ਜ਼ਿੰਦਗੀ ਤੁਸੀਂ ਜਿਉਂਗੇ ਉੱਦਾਂ ਦੀ ਐਕਸਪੀਰੀਅੰਸ ਤੁਸੀਂ ਲਓ ਅਤੇ ਸਭ ਤੋਂ ਵਧੀਆ ਇਹ ਜ਼ਿੰਦਗੀ 'ਚ ਲੈ ਕੇ ਜਾਣ ਵਾਲੀ ਚੀਜ਼ ਹੈਗੀ ਨੌਲੇਜ ਜੋ ਐਕਸਪੀਰੀਅੰਸ ਅਤੇ ਜ਼ਿੰਦਗੀ ਜਿਹੜੇ ਬੰਦੇ ਨੇ ਜ਼ਿੰਦਗੀ 'ਚੋਂ ਕੁਛ ਸਿੱਖਿਆ ਨਹੀਂ ਹੁਣ ਆਪਣੀ ਜ਼ਿੰਦਗੀ ਜੀ ਨਹੀਂ ਸਕਿਆ ਸੋ ਇਹਦੇ ਵਿੱਚ ਜ਼ਿੰਦਗੀ 'ਚੋਂ ਸਿੱਖੋ ਅਤੇ ਨਿਰਾਸ਼ ਨਾ ਹੋ ਹਰੇਕ ਚੀਜ਼ ਦਾ ਕੋਈ ਨਾ ਕੋਈ ਜੇ ਤੁਸੀਂ ਸਹੀ ਰਹੋਗੇ ਨਾ ਤਾਂ ਤੁਹਾਡੇ ਨਾਲ ਅੰਤ ਵਿੱਚ ਸਹੀ ਹੀ ਹੋਊਗਾ ਜੇ ਤੁਸੀਂ ਗਲਤ ਕਰੋਗੇ ਤਾਂ ਤੁਹਾਡੇ ਨਾਲ ਗਲਤ ਹੋਊਗਾ ਜ਼ਿੰਦਗੀ ਬੜੀ ਸਿੰਪਲ ਆ ਜੀ ਕੋਈ ਵੀ ਧਰਮ ਜੋ ਕਹਿੰਦਾ ਬੜੀ ਸਾਫ਼ ਕਹਿੰਦਾ ਆਪਣੇ ਸਹੀ ਅਸੂਲ ਨਾਲ ਚੱਲੋ ਇਮਾਨਦਾਰੀ ਨਾਲ ਚੱਲੋ ਝੂਠ ਨਾ ਬੋਲੋ ਬੇਈਮਾਨੀ ਨਾ ਕਰੋ ਈਰਖਾ ਨਾ ਕਰੋ ਠੱਗੀ ਨਾ ਕਰੋ ਲਾਲਚ ਨਾ ਕਰੋ ਲੋਭ ਨਾ ਕਰੋ ਆਹੀ ਚੀਜ਼ ਹੈ ਕਿਸੇ 'ਤੇ ਮਾੜੀ ਅੱਖ ਨਾ ਰੱਖੋ ਆਹ ਇਹ ਮੇਨ ਚੀਜ਼ਾਂ ਆ ਹਰੇਕ ਰਿਲੀਜਨ ਦੀ ਤੱਤ ਕੱਢ ਕੇ ਇਹ ਮੈਂ ਤਾਂ ਇਹੀ ਕੁਛ ਸਿੱਖਿਆ ਆਹ ਚੀਜ਼ਾਂ ਤੱਕ ਠੀਕ ਠੀਕ ਰਹੋਗੇ ਤੁਸੀਂ ਵਧੀਆ ਬਚੋਗੇ ਆਪਣੀ ਜ਼ਿੰਦਗੀ ਵਧੀਆ ਕਰੋਗੇ ਆਪਣੀ ਇੰਜੋਏ ਕਰੋ ਬੈਡ ਟਾਈਮ ਸਾਰਿਆਂ 'ਤੇ ਆਉਂਦਾ ਸਾਰਿਆਂ 'ਤੇ ਆਉਂਦਾ ਮੇਰੇ 'ਤੇ ਵੀ ਆਏ ਆ ਅਤੇ ਪਰ ਜਿਹੜਾ ਉਹ ਬੈਡ ਟਾਈਮ ਦਾ ਮੁਕਾਬਲਾ ਕਰਦਾ ਅਤੇ ਬਿਨਾਂ ਰੋਏ ਤੋਂ ਉਹੀ ਆ ਕੇ ਇਹ ਫਤਿਹ ਪਾਉਂਦਾ ਆ ਉਹੀ ਹਿੰਮਤ ਕਰਦਾ ਤੁਸੀਂ ਘਬਰਾਓ ਨਾ ਤੁਹਾਡਾ ਹਾਲੇ ਕਮਾਂਡਰ ਹੈਗਾ ਅਤੇ ਜਦ ਤੱਕ ਕਮਾਂਡਰ ਹੈਗਾ ਤਾਂ ਅਸੀਂ ਕੋਈ ਗੱਲ ਨਹੀਂ ਫੌਜਾਂ ਦਾ ਲੁੱਕ ਆਫਟਰ ਕਰਦੇ ਹਾਂ ਪਰ ਫੌਜਾਂ ਵੀ ਠੀਕ ਰਹਿਣ ਤਾਂ ਜਿੰਨੇ ਸਟੂਡੈਂਟ ਆ ਮੇਰੇ ਵੀਰ ਭੈਣਾਂ ਉਹ ਤੁਸੀਂ ਵੀ ਠੀਕ ਰਹੋ ਕਿਉਂਕਿ ਹਾਂ ਬਾਅਦ 'ਚ ਤੁਸੀਂ ਵੀ ਸ਼ਾਮਿਲ ਹੋਣਾ ਕਈ ਜਣਿਆਂ ਨੇ ਫੌਜਾਂ ਨੇ ਤਾਂ ਉਹਦੇ ਵਿੱਚ ਤੁਸੀਂ ਠੀਕ ਰਹੋ ਇੱਕ ਦੂਜੇ ਨਾਲ ਠੀਕ ਰਹੋ ਮੇਨ ਚੀਜ਼ ਆ ਲੜਿਓ ਨਾ ਹੁਣ ਘਰ ਤੁਸੀਂ ਰਹਿਣਾ ਮੈਨੂੰ ਪਤਾ ਅਸੀਂ ਤਾਂ 6-7 ਦਿਨ ਤੁਸੀਂ ਘਰ ਇੱਕ ਦੂਜੇ ਨਾਲ ਰਹਿਣਾ ਲੜਿਓ ਨਾ ਇਹ ਨਾ ਬਾਅਦ 'ਚ ਹੁਣ ਡਿਵੋਰਸ ਕਰੋ ਦੀ ਨੌਬਤ ਆ ਜਾਵੇ ਪਿਆਰ ਨਾਲ ਰਹੋ ਇੱਕ ਦੂਜੇ ਨਾਲ ਰਹੋ ਵਧੀਆ ਟੀ ਵੀ ਆਪਣਾ ਦੇਖੋ ਖਾਓ ਪੀਓ ਆਪਣਾ ਇੰਜੋਏ ਕਰੋ ਬੱਚਿਆਂ ਨਾਲ ਖੇਲੋ ਜੋ ਹੈਗਾ ਆਪਣਾ ਜੋ ਸਮਾਂ ਆ ਬਹੁਤ ਪਿਆਰ ਨਾਲ ਕੱਟੋ ਮੈਂ ਸ਼ਾਇਦ ਤੁਹਾਨੂੰ ਮਿਲੂੰਗਾ ਐਸ ਫਰਾਈਡੇ ਆਊਸ ਮੰਡੇ ਜੋ ਹੈਗਾ ਅਸੀਂ ਦੋ ਐਸ ਮੰਡੇ ਤਾਂ ਅਗਲੇ ਮੰਡੇ ਨਿਊ ਈਅਰ ਵਾਲੇ ਦਿਨ ਬਹੁਤ ਵਧੀਆ ਸ਼ੋਅ ਰੱਖਿਓ ਆ ਅਸੀਂ ਬੈਸਟ ਆਫ ਬਣਾਇਆ ਲੀਗਲ ਸਲਿਊਸ਼ਨ ਜਿੰਨੇ ਵੀ ਮੇਰੇ ਬੈਸਟ ਕਲਿੱਪ ਆਏ ਹੋ ਆ ਨਾ ਜਦ ਦਾ ਸ਼ੁਰੂ ਕੀਤਾ ਉਹ ਸਾਰਿਆਂ ਦਾ ਬੈਸਟ ਆਫ ਬਣਾਉਣਾ ਆ ਅਤੇ ਉਹਦੇ ਵਿੱਚ ਤੁਹਾਨੂੰ ਦਿਖਾਲਣਾ ਆ ਸੋ ਵਾਚ ਆਊਟ ਫੋਰ ਦ ਬੈਸਟ ਆਫ ਲੀਗਲ ਸਲਿਊਸ਼ਨਸ ਔਨ ਦਿਸ ਮੰਡੇ ਐਂਡ ਦ ਮੰਡੇ ਆਫਟਰ ਇਟਸ ਡੈਫੀਨਿਟਲੀ ਵਨ ਯੂ ਬੀਨ ਵੇਟਿੰਗ ਫੋਰ ਉਹ ਦ ਬੈਸਟ ਕਲਿੱਪਸ ਰੋਲਡ ਇਨ ਟੂ 1 ਆਵਰ ਇਨ ਟੂ 2 1 ਆਵਰ ਸਪੈਸ਼ਲਸ ਯੂ ਗੋਨਾ ਲਵ ਥਮ ਫਿਲਹਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੈਰੀ ਕ੍ਰਿਸਮਸ ਹੈਪੀ ਨਿਊ ਈਅਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ